केआरपी 1550 AM ते तुहाड़ा स्वागत है। मैं तुहाड़ा मेजबान हरजीत सिंह गिल। 11:12:13 होए ने। 28 सितंबर का दिन है, फरा 2020 का सोमवार है। 14 अस्सू 14 28 14 अस्सू नानक सिंह समेत 552 निघा हार्दिक स्वागत है जी। अज की लोक सच के अहम घटनावां गल्लां बातां जी संगीत सुलग के मसलों से गलबात होगी। पहले हिस्से कुछ खबरां तो बाद दो छोटे छोटे विषय। डेरियो दे विच बंगाली भाईचारे दे विच खुदकुशियां बहुत हो रही हैं। खुदकुशियां दा एक जिहड़ा बहुत वड्डा इशू है जिहड़ा साडे भाईचारे दे विच भी, और इह नौजवान मुंडे जिहड़े ने 13-2 साल दे समें च 13 नौजवान जिहड़े बंगाल दे विचों आए हुए ते उह खुदकुशियां कर गए, ते उहनां दे बारे अज तुहाडे नाल मैं कुछ गलबात करनी है। नाल ही एक होर जिहड़ा विशा तुहाडे नाल छूणा उह इह है कि राजनीति ओबियसली गलबात होनी है कि की हो रहा है तुहाडे घर की सुरक्षा बारे, कि तुहाडे च जिहड़ा कंट्रोल फोर ते सारा फोन दे नाल तुसीं कंट्रोल करदे हो घर दीआं लाइटां ऑन ऑफ बाहरला दरवाजा बंद खुलना, ते उसनूं जो कोई टेक ओवर कर लवे तां तुहाडी प्राइवेसी कित्थे खड़नी है जाके। इस दी अज गलबात इक करनी है, इक घटना होई है स्टोनी क्रीक दे विच अलबर्टा च, इक इस्त्री जिसने घर खरीदिया किसी तों ते उह घर दा सिक्योरिटी दा सिस्टम वो चेंज करना भुल गई, पासवर्ड चेंज करना भुल गई, ते उसनूं पहले उहदे मालक मकान ने किन्ना तंग कीता, इह तुहानूं अज जानकारी देनी है कि की हो सकता इसनूं किवें सिंपल रख दो चंगा रह जावे, ते इहदा किवें इसनूं उठ के आप खिड़कियां खुड़कियां बंद कर लो, ते पर्दे ला लो, ते ला लो बटना ते हो गया, पर्दे भी हुण आपे चक हुंदे ने बटना नाल गल ऑन ऑफ जिहड़ा पर्दे लाउणे बंद करने मोटराइज जिहड़े ने, इहदे बारे कुछ गलबात अज करूंगा मैं। 1-844-247-1550 1-844-247-1550 ऑन एयर नंबर है। KRPRadio.com ते सीधा प्रसारण चल रहा है प्रोग्राम, रह जाता यूट्यूब ते पा दिता जांदा है। हुण 2 घंटे 12 to 2 बजे तक अज तो धन्नवाद है छोटे भाई दा प्रोग्राम ਤੁਹਾਡੇ ਲਈ ਪੁਣ ਕੇ ਪਾ ਦਿੰਦਾ ਹੈ। ਪਵਨ ਜਵੰਦਾ 604-440-6469 ਨਿੰਮੀ ਜੀ ਦਾ ਨੰਬਰ ਹੈ। ਤੁਸੀਂ ਪ੍ਰੋਗਰਾਮ ਬਾਰੇ ਗੱਲਬਾਤ ਕਰਨੀ ਹੋਵੇ ਜਾਂ ਕੋਈ ਐਡਵਰਟਾਈਜ਼ਮੈਂਟ ਬਾਰੇ ਗੱਲ ਕਰਨੀ ਹੋਵੇ, ਆਪਣਾ ਨੰਬਰ 604-7-29-1224 ਹੈ। 604-7-29-1224 harjeet.g@krpradio.com ਤੇ ਤੁਸੀਂ ਈਮੇਲ ਭੇਜ ਸਕਦੇ ਹੋ ਹਰਜੀਤ ਸਿੰਘ ਗਿੱਲ ਫੈਨ ਪੇਜ ਜਿੱਥੇ ਤੁਸੀਂ ਨਾਲ ਨਾਲ ਰਹਿੰਦੇ। ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ, ਰਸ ਤਰਿਆਉਤ ਸਥਿਰੀ ਸਭ ਥਾਈ ਸਭ ਨਗਰ ਹਿਆਵੇ। ਤਰਾਉਟ ਕਹਿੰਦੇ ਹੁੰਦੇ ਨਾ, ਤਰਾਉਟੀ, ਉਹ ਤਰਾਉਟ ਹੈ। ਇਸ ਪੰਜਾਬੇ ਪਾਣੀ ਆਇਆ ਧਰਤ ਪਈ ਸ਼ਰਮਾਏ, ਰਸ ਤਰਿਆਉਤ ਫਿਰੇ ਸਭ ਥਾਈ ਸਭ ਨਗਰ ਹਰਿਆਏ। ਇਸ ਪੰਜਾਬੇ ਅੱਖਰ ਫੜਿਆ ਧੰਨ ਧੰਨ ਪਾਠ ਕਰਾਏ, ਇਸ ਪੰਜਾਬ ਨੇ ਥੋਹਰਾਂ ਦੇ ਫੁੱਲ ਗੀਤਾਂ ਦੇ ਵਿੱਚ ਗਾਏ, ਇਸ ਪੰਜਾਬੋਂ ਹੀਰਾਂ ਉੱਠੀਆਂ ਵਾਰਸ ਬਣਤ ਬਣਾਏ, ਜੰਡੀਆਂ ਥੱਲੇ ਬੈਠਾ ਬਾਬਾ ਖਾਕ ਪਿਆ ਵਡਿਆਏ, ਬੰਨਿਆਂ ਉੱਤੇ ਨੱਚਦੇ ਫਿਰਦੇ ਮੋਰਾਂ ਦੇ ਹਮਸਾਏ, ਸੌਣ ਸੁਨਹਿਰੀ ਕਣਕਾਂ ਉੱਤੇ ਮੀਂਹ ਕਾਹ ਤੋਂ ਵਰ ਜਾਏ, ਸੌਣ ਮਹੀਨੇ ਤੀਆਂ ਲੱਗੀਆਂ ਅੱਸੂ ਕਾਚ ਕਾਜ ਰਚਾਏ, ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ ਥੱਬਾ ਥੱਬਾ ਵਲ ਪਾਏ, ਚੜ੍ਹਦੇ ਪਾਸੇ ਰੋਹੀ ਦੇ ਕੋਈ ਨਾਗ ਲਪੇਟਾ ਖਾਏ, ਅੰਡੇ ਧਰਕੇ ਉੱਡਗੇ ਤਿਰ ਕਿਹੜਾ ਮਗਰੇ ਜਾਏ, ਇਸ ਪੰਜਾਬੋਂ ਨਾਨਕ ਤੁਰਿਆ ਤੁਰਿਆ ਚੌਂ ਦਸਾਏ, ਇਸ ਪੰਜਾਬੇ ਗੋਬਿੰਦ ਕੇ ਸਿੱਖ ਗੱਤਕਾ ਖੇਡਣ ਆਏ, ਇਸ ਪੰਜਾਬ ਨੂੰ ਰੱਜ ਕੇ ਲੁੱਟਿਆ ਹਾਥੀ ਘੋੜੇ ਧਾਏ, ਜਿਹੜੇ ਇਸਦੇ ਟੁਕੜੇ ਹੋ ਗਏ ਮੁੜਕੇ ਨਾ ਫਿਰਥੇ ਆਏ, ਜਿਹੜੇ ਇਸਦੇ ਟੁਕੜੇ ਹੋ ਗਏ ਮੁੜਕੇ ਨਾ ਫਿਰਥੇ ਆਏ। ਰਾਣੀ ਤੱਕ ਚ ਹਰਮਨਜੀਤ ਲਿਖਦਾ ਹੈ। ਸਾਰਿਆਂ ਦਾ ਧੰਨਵਾਦ। 12:25 ਹੋ ਗਏ ਜਿੱਥੇ ਵੀ ਬੈਠੇ ਹੋ, ਲੋਕ ਸਭ ਦੇ ਵਿੱਚ ਨਿੱਘਾ ਹਾਰਦਿਕ ਸਵਾਗਤ ਹੈ ਬਈ। ਸੱਤ ਸੱਤ ਹੀ ਹੈ,
ਸ਼ੋ ਸ਼ੋ ਹੀ ਹੈ, ਫਰਕ ਤਾਂ ਰਹਿਣਾ ਹੀ ਹੈ। ਇੱਥੇ ਅਥਰੇ ਘੋੜੇ ਤੇ ਚੜੇ ਹੋਏ ਆ ਤੇ ਹੱਥ ਦੇ ਵਿੱਚ ਲਗਾਮਾਂ ਨੇ ਤੇ ਪੈਰਾਂ ਚ ਰਕਾਬ ਆ, ਸ਼ਮਕ ਹੈ ਹੱਥ ਦੇ ਵਿੱਚ, ਖਬਰਦਾਰ ਵੀ ਕਹਿ ਰਿਹਾ ਪੂਰੀ ਭੱਜੇ ਹੋਏ ਘੋੜੇ ਨੂੰ। ਸ਼ਾਹ ਸਵਾਰ ਕਹਿੰਦੇ ਨੇ, ਕਹਿੰਦੇ ਪੂਰੇ ਜ਼ੋਰ ਨਾਲ ਭੱਜੇ ਹੋਏ ਰਾਕੇ ਨੂੰ, ਜਦ ਖਬਰਦਾਰ ਬੰਦਾ ਕਹਿੰਦਾ ਸਵਾਰ, ਉਹ ਫਿਰ ਸਰੀਰ ਤੋੜ ਤੋੜ ਸਿੜਦਾ ਵੀ ਮੈਨੂੰ ਹਲੇ ਵੀ ਲਲਕਣਾ ਵੱਜਿਆ। ਲੋਕ ਸੱਤ ਦਾ ਆਪਣਾ ਸਵਾਦ ਹੋਏਗਾ, ਸ਼ੋ ਦਾ ਆਪਣਾ ਸਵਾਦ ਹੋਏਗਾ। ਧੰਨਵਾਦ ਸਾਰਿਆਂ ਦਾ। ਪਿਛਲੇ ਚਾਰ ਦਿਨਾਂ ਤੋਂ ਤੁਹਾਡੇ ਸੁਨੇਹੇ, ਤੁਹਾਡੀਆਂ ਅਸੀਸਾਂ ਤੇ ਸੋਸ਼ਲ ਮੀਡੀਆ, ਫੋਨ, ਮੈਸੇਜ, ਵਟਸਐਪ ਤੇ ਜਵਾਬ ਨਹੀਂ ਦੇ ਰਹੇ। ਹੋਰ ਨੇ 300 ਦਾ ਜਵਾਬ ਦਿੰਦਾ, 300 ਨੂੰ ਜਾਣ ਨੂੰ ਵਟਸਐਪ ਅੱਧੇ ਘੰਟੇ ਚ ਫੇਰ ਆ ਜਾਂਦਾ ਤੇ ਉਹ ਇਹਨਾਂ ਦੇ ਵਿੱਚ ਫੋਨ ਫੀਡ ਨਹੀਂ ਮੇਰੇ ਕੋਲ, ਸੇਵ ਕੀਤੇ ਫੋਨ ਨੇ ਜਿਹੜੇ ਉਹਨਾਂ ਦੇ ਵਿੱਚੋਂ ਨੀ, ਬਿਨਾਂ ਸੇਵ ਕੀਤੇ ਫੋਨ ਨੇ। ਤੇ ਮੈਂ ਹੈਰਾਨ ਹਾਂ ਵੀ ਤੁਸੀਂ ਕਿੱਥੋਂ ਕਿੱਥੋਂ ਸੁਨੇਹੇ ਭੇਜ ਰਹੇ ਹੋ। ਜਿਉਂਦੇ ਵਸਦੇ ਰਹੋ, ਦੇਣਾ ਨੀ ਦੇ ਸਕਦਾ, ਅਪਾਰ ਕਿਰਪਾ ਸੱਚੇ ਪਾਤਸ਼ਾਹ ਦੀ ਰਹੇ ਤੇ ਆਪਾਂ ਚੜ੍ਹਦੀ ਕਲਾ ਚ ਮਨੁੱਖਤਾ ਲਈ ਤੇ ਆਪਣੀ ਕੌਮ ਲਈ ਕੰਮ ਕਰ ਸਕੀਏ। ਖਬਰਾਂ ਦੇ ਵਿੱਚ ਕੋਵਿਡ 19 ਦਾ ਅੰਟੈਰੀਓ ਦੇ ਵਿੱਚ 700 ਜਣਿਆਂ ਦਾ ਇੱਕ ਦਿਨ ਦੇ ਵਿੱਚ ਪੀੜਿਤ ਪਾਇਆ ਜਾਣਾ ਬਹੁਤ ਵੱਡੇ ਨੰਬਰ ਨੇ। 60% ਜਿਹੜੇ ਕੇਸ ਨੇ 40 ਸਾਲ ਤੋਂ ਥੱਲੇ। ਹੁਣ ਅਸੀਂ ਹੁਣ ਉੱਧਰ ਨੂੰ ਨਾ ਵੇਖਿਓ, ਇੱਧਰ ਨੂੰ ਵੀ ਵੇਖੋ ਆਪਣੇ ਆਲੇ ਪਾਸੇ ਨੂੰ, ਕਿਰਪਾ ਕਰਿਓ। 40 ਸਾਲ ਤੋਂ ਥੱਲੜੀ ਉਮਰ ਹੈ ਤੇ ਵੇਖਿਓ ਕਿਤੇ ਅਸੀਂ ਆਪਣੇ ਆਪ ਦਾ ਖਿਆਲ ਰੱਖ ਸਕੀ। ਚੱਲ ਹੋਊ ਜਿਹੜਾ ਉਸਨੂੰ ਜਿਹੜਾ ਕੁਝ ਕਿਸੇ ਬਾਰੇ, ਪਹਿਲਾਂ ਆਪਾਂ ਦੂਰ ਦੀ ਗੱਲਾਂ, ਪਹਿਲਾਂ ਕੈਨੇਡਾ ਚ ਵੀ ਸੀ ਆਈ, ਚੀਨ ਦੇ ਵਿੱਚ ਸੀ ਤੇ ਤੁਹਾਨੂੰ ਯਾਦ ਆ ਵੀ ਕਿੰਨੀ ਵਾਰ ਇਹ ਗੱਲਾਂ ਹੋਈਆਂ। ਸ਼ੁਰੂ ਸ਼ੁਰੂ ਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਗਏ ਨਾ ਨਾ ਸਾਡੇ ਨੀ ਆਉਂਦੀ, ਇਹ ਤਾਂ ਚੀਨ ਚ ਹੀ ਹੈ। ਤੇ ਫਿਰ ਹੌਲੀ ਹੌਲੀ ਮੰਨਣ ਲੱਗ ਗਏ, ਜਦ ਆ ਗਈ ਚੀਨ ਤੋਂ ਇੱਥੇ ਵੀ ਆ ਗਈ, ਫਿਰ ਵੀ ਆ ਗਈ ਆ ਗਈ ਆ ਗਈ। ਖਾਸ ਖਿਆਲ ਰੱਖਣਾ, ਹੱਥ ਸਾਫ਼ ਰੱਖਣੇ ਨੇ। ਮਾਸਕ ਕਿਹਾ ਹੋਇਆ, ਮਾਸਕ ਤੁਸੀਂ ਪਾਉਂਦੇ ਹੋ ਨਹੀਂ ਪਾਉਂਦੇ ਤੁਹਾਡੀ ਮਰਜ਼ੀ ਹੈ, ਮੈਂ ਤਾਂ ਨੀ ਅੱਜ ਤੱਕ ਪਾਇਆ, ਮਹੀਨੇ 6 ਹੋ ਗਏ। ਸਵੇਰ ਦੀ ਚਾਹ ਦੇ ਵਿੱਚ ਪੁਦੀਨਾ ਤੇ ਤੁਲਸੀ ਲਾਜ਼ਮ ਕਰ ਲਓ, ਬਸ ਪੁਦੀਨਾ ਤੁਲਸੀ ਲਾਜ਼ਮ, ਲੌਂਗ ਤੇ ਇਲਾਇਚੀ ਲਾਜ਼ਮ ਹੈ, ਥੋੜੀ ਜਿਹੀ ਅਜਮੈਣ ਆ, ਥੋੜੀ ਜਿਹੀ ਸੌਂਫ ਹੈ, ਥੋੜੀ ਜਿਹੀ ਮਲੱਠੀ ਹੈ, ਥੋੜੀ ਜਿਹੀ ਦਾਲ ਚੀਨੀ। 8 ਚੀਜ਼ਾਂ ਜਿਹੜੀਆਂ ਚਾਹ ਦੇ ਵਿੱਚ ਸਵੇਰੇ ਚਾਹੀਦੀਆਂ ਤਸੀਰ ਦੇ ਹਿਸਾਬ ਨਾਲ। ਤੁਲਸੀ ਤੇ ਪੁਦੀਨਾ ਦੋਨੇ ਬਹੁਤ ਚੰਗੇ ਨੇ, ਲੌਂਗ ਤੇ ਇਲਾਇਚੀ ਬਹੁਤ ਵਧੀਆ, ਤੇ ਇਲਾਇਚੀ ਇਲਾਇਚੀ ਮਲੱਠੀ ਐਂਟੀਬਾਇਓਟਿਕ ਹੈ, ਬਹੁਤ ਵਧੀਆ। ਉਹਦੇ ਬਾਅਦ ਤੁਹਾਡੀ ਜਿਹੜੀ ਹੈ ਦਾਲ ਚੀਨੀ ਹੈ, ਉਹ ਜਿਹੜਾ ਖੂਨ ਸਾਫ਼ ਦੇ ਲਈ ਹੈ, ਉਹ ਬਹੁਤ ਵਧੀਆ। ਅਜਮੈਣ ਤੇ ਸੌਂਫ ਥੋੜਾ ਜਿਹਾ ਠੰਡਾ ਰੱਖਦੀ ਹੈ, ਅਜਮੈਣ ਜਿਹੜੀ ਹੈ ਬਹੁਤ ਵਧੀਆ। ਤੇ ਇਹ ਚੀਜ਼ਾਂ ਜਿਹੜੀਆਂ 1844-247-1550 ਆਉਂਦੇ ਨੰਬਰ ਹੈ, 1844-247-1550 ਇਹ ਇੱਧਰਲਾ ਨੰਬਰ ਹੈ ਪਹਿਲੇ ਸ਼ੋਅ ਦਾ ਮੇਰੇ ਦਾ, ਕਿਉਂਕਿ ਹੁਣ ਦੋ ਜਗ੍ਹਾ ਮੈਂ ਕੰਮ ਕਰਦਾ, ਉਹ ਵੀ ਦੱਸ ਦਵਾਂ। 7780-2600 ਦਾ ਨੰਬਰ ਹੈ, 7782220600 ਤੁਸੀਂ ਪੁੱਛੀ ਜਾਂਦੇ ਹੋ ਮੈਨੂੰ। ਉੱਥੇ 9 to 11 ਤੱਕ ਸ਼ੋਅ ਹੋਇਆ ਕਰੂਗਾ। ਅੱਜ ਪਹਿਲਾ ਸ਼ੋਅ ਆਪਾਂ ਕਰਕੇ ਆਇਆ, ਅਰਜੀਤ ਗਿੱਲ ਸ਼ੋਅ ਜਿਸਦਾ ਨਾਂ ਹੈ। ਤੇ ਉਹਦੇ ਬਾਅਦ ਲੋਕ ਸੱਤ ਦੇ ਵਿੱਚ 12 to 2 ਤੱਕ, 3 ਦੀ ਜਗ੍ਹਾ ਹੁਣ 4 ਘੰਟੇ ਤੁਹਾਡੀ ਸੇਵਾ ਚ, 1 ਘੰਟਾ ਜਿਹੜਾ ਉਹ ਵੱਧ ਆਪਾਂ ਮੈਂ ਤੁਹਾਡੀ ਸੇਵਾ ਚ ਹਾਜ਼ਰ ਰਹਿਣਾ। ਤੇ ਦੋਨਾਂ ਸ਼ੋਆਂ ਦਾ, ਸ਼ੋਅ ਤੇ ਸੱਥ ਦਾ ਆਪਣਾ ਆਪਣਾ ਸਵਾਦ ਹੈ, ਆਪਣੀ ਆਪਣੀ ਗੱਲ ਹੈ। ਅਲੱਗ ਅਲੱਗ ਦੋ ਰੇਡੀਓ ਨੇ, ਅਲੱਗ ਅਲੱਗ ਦੋ ਮਾਲਕ ਨੇ, ਕੰਮ ਆਪਾਂ ਦੋ ਜਗ੍ਹਾ ਕਰਦੇ ਹਾਂ, ਬਸ ਇਹਨੂੰ ਇਸ ਤਰ੍ਹਾਂ ਰੱਖਿਓ। ਸੋ ਇਹ ਜਿਹੜਾ ਕੋਵਿਡ 19, ਹੱਥ ਸਾਫ਼ ਰੱਖਣੇ ਨੇ ਵੱਧ ਤੋਂ ਵੱਧ, ਹੱਥ ਸਾਫ਼, ਸੈਨੇਟਾਈਜ਼ਰ ਤੁਹਾਡੇ ਕੋਲ, ਘਰ ਦੇ ਵਿੱਚ ਵੀ ਹੱਥ ਸਾਫ਼ ਰੱਖੋ ਵੱਧ ਤੋਂ ਵੱਧ, ਤੇ ਕੋਸ਼ਿਸ਼ ਕਰੋ। ਦੂਸਰੇ ਪਾਸੇ
अमरीका दे विच राष्ट्रपति की चोण वाला काम जिहड़ा है वह बड़ा गर्म हो गया। अज सरपंच दीआं फोटो छप गईआं, हिलरी क्लिंटन बोलन लगी है ते दूसरी प्रेजिडेंशियल डिबेट 16 दी है, पिछे खड़ा फोन लई बैठा सीटी वजाउण लग्या है, बोलण झीड़े पए ने। जिहड़ी बहुत वड्डी जिहड़ी इह गल होणी है इस लोकतंत्री सिस्टम दे विच जिहड़ी डिबेट है, डिबेट जिहड़ी है उह तय करदी है वी किहने जितना। 1980 दी मैं वेख रहा सी डिबेट, उदू पढ़ रहा सी जिमी कार्टर ते रोनल्ड रीगन दी जिहड़ी होई। उस तो बाद जिहड़ियां पिछले समय च होईआं बड़ी कट कट के उन्होंने आर्काइव दे विचों पाई है 1980 दी जिहड़ी रीगन ते जिमी कार्टर दी। ते फिर जिहड़ी डिबेट होई असल वेखण दी हर डिबेट जिहड़ी बुश दी ते अलगोर दी, बुश कित्थे अलगोर नूं नेड़े लगण दिंदा, ते असल जिहड़ी बराक ओबामा दी ते डिबेट्स जिहड़ियां सी वी, जद बंदा बोलदा ते बड़ा मिट्रोमनी दे नाल पता लगदा बई कोई लीडर बोलदा। बराक ओबामा उहनां दी खासियत इह है वी टैलीप्रिंटर तों बिना बोलदे सी, लिखिया मूहरे देखे जरा चौरस जहा एक प्लास्टिक खड़ा हुंदा ना मूहरे बोलदिआं दे, चार दोने पासे चौरस जहा खड़ा ना सैंड ते लाया होया स्लेट अरगा, वह टैलीप्रिंटर है, उहदे ते लिख के आ जांदा सारा कुछ, उहनूं देख के पढ़दे आ लोक। वड्डे वड्डे जिहड़े टीवी एंकर ने उहनां मूहरे भी टैलीप्रिंटर कईआं दे चलदे आ, पर इह जिहड़े डिबेट असर प्रेजिडेंट की है उहदे तो बहुत लोग फिर अपने आप नूं चैक करदे, जिवें अपनी डिबेट हुई सी पिछलियां इलैक्शन दे विच, तां उह डिबेट दे विच तुसीं वेखदे हो तां डिबेट दे विच वधिया जिहड़ा बोले सी उह एनडीपी दे लीडर जगमीत सिंह बोलदे रहे, पर की डिबेट दे विच जितना तुसीं जित जाओगे ਇਹ ਵੀ ਗੱਲ ਅਲੱਗ ਹੈ। ਫਿਰ ਪਾਰਟੀ ਦੀਆਂ ਪਾਲਿਸੀਜ਼ ਨੇ ਜਿਹੜੀਆਂ ਨੇ, ਸੋ ਇਹ ਹੁਣ ਆਪਣੇ ਸੂਬੇ ਦੇ ਵਿੱਚ ਵੀ ਲੀਡਰ ਦੀ ਡਿਬੇਟ ਹੋਏਗੀ, ਨਿਗਾਹ ਰੱਖੋ ਪੂਰੀ, ਜੇ ਆਪਣੇ ਲੋਕਲ ਸਟੇਸ਼ਨਾਂ ਤੇ ਪੰਜਾਬੀ ਜਿਹੜੇ ਆਉਂਦੇ ਨੇ ਕੈਂਡੀਡੇਟ ਤਾਂ ਉਹਨਾਂ ਦੀ ਗੱਲ ਸੁਣੋ, अंग्रेजी बोलने वालों की पंजाबी च तर्जमा की होंगे इहदा प्लीज ख्याल रखो, जे मौके ते नहीं पता लगता रिकॉर्ड कर लो, रिकॉर्ड करने तो बाद फिर उसनों सुनो कि की अंग्रेजी च बोलिया बंदे ने ते की उहनूं पुछिया, अगर बहुत मन दे विच आ वी होस्ट ने सवाल की पुछना है, किहड़ा बंदा मूहरे आया उहदी किहड़ी चीज दबणी है ते किहड़ी आई उहदी किहड़ी चीज चखणी है, बहुत वड्डा इशू है, सवाल किहड़ा पुछना है, उस सवाल दे विच उहदे सवाल दे विच की पुछा जाएगा, की उहदी उहनूं पुछना चाहीदा की उहदा पॉजिटिव आ की उहदा नैगेटिव आ, तो इह जिहड़ा वड्डा इशू है कि इसनूं तुसीं अड़ीक दे रहिंदे हो, पर डिबेट दे विच जरूरी है कि डिबेट नूं तुसीं सुणदे रहो, डिबेट दे राहीं तुसीं फाइनल करो कि की हुंदा। 12:42 जी सारे का धन्यवाद, सॉरी मैं गलत कर रहा सा सिमरन सिंह रंधावा दे नाल ही ऑफ एडवरटाइजमेंट दे विच माइक शाम रह गया सी, कोई ना आपां नूं कुछ थोड़े तों लुकमा नहीं हुंदा, हुंदा तां गल ही जिहड़ी तुहाडे नाल करनी हुंदी आपां, पर 30 सैकंड दे विच 25 स्नेहे इन्नी तेजी नाल मैनूं पता हुंदा वी कोई गड़बड़ होगी। धन्यवाद, तुसीं ख्याल रखदे हो प्यार करदे हो, ऊं तां नहीं कोई गल मालवे वाली गल ना हो जाए मूंह भरके वाली, बाकी तां ठीक है। सिमरन सिंह रंधावा साडा वीर है शाह परिवार दे ते अपने मैथे तों वकील ने केस लॉयर्स इत्थे
ਉਹਨਾਂ ਦਾ ਮਨ ਸੀ ਕਿ ਲੋਕ ਪਾਵਰ ਆਫ ਅਟਾਰਨੀਆਂ ਬਹੁਤ ਬਣਵਾ ਰਹੇ ਧੜਾਤਾ। ਉਹਨਾਂ ਤੋਂ ਪੁੱਛ ਲਿਆ ਕਾਰਨ ਕੀ ਹੈ। ਰਣਾਵਾ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਸਾਰੇ ਸਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਣਾਵਾ ਸਾਹਿਬ, ਲੋਕ ਪਾਵਰ ਆਫ ਅਟਾਰਨੀਆਂ ਕਾਹਦੇ ਦੀਆਂ ਬਣਾ ਰਹੇ ਨੇ, ਕਿਉਂ ਬਣਾਉਣ ਲੱਗ ਗਏ, ਕੀ ਹੋ ਗਿਆ ਇਹ ਜਾ? ਗਿੱਲ ਸਾਹਿਬ, ਇੱਕ ਤੇ ਆ ਜਿਹੜੇ ਨਵੇਂ ਤਿੰਨ ਜਿਹੜੇ ਆਰਡੀਨੈਂਸ, ਚਲੋ ਹੁਣ ਤੇ ਉਹ ਲਾਅ ਬਣ ਗਿਆ, ਆਪਣੇ ਇੰਡੀਆ ਦੇ ਪ੍ਰੈਜੀਡੈਂਟ ਜਿਹੜੇ ਉਹਨਾਂ ਨੇ ਵੀ ਸਾਈਨ ਕਰਤੇ, ਉਹਦੇ ਕਰਕੇ ਇੱਕ ਤੇ ਕਾਰਨ ਉਹ ਹੈਗਾ ਆ, ਤੇ ਇੱਕ ਇੱਥੇ ਪਬਲਿਕ ਡੋਮੇਨ ਚ ਇਹ ਗੱਲ ਬਹੁਤ ਚੱਲ ਰਹੀ ਹੈ ਵੀ ਸ਼ਾਇਦ ਕੋਈ ਏਦਾਂ ਦਾ ਲਾਅ ਆ ਰਿਹਾ ਕਿ ਜਿਹੜੇ NRI ਬਾਹਰ ਬੈਠੇ ਆ ਉਹਨਾਂ ਦੀਆਂ ਕੋਈ ਪ੍ਰੋਪਰਟੀਆਂ ਦੇ ਸੰਬੰਧਿਤ ਕੋਈ ਲਾਅ ਬਣ ਜਾ ਰਿਹਾ ਇੰਡੀਆ ਚ, ਉਹਦੇ ਕਰਕੇ ਲੋਕ ਥੋੜੇ ਜੇ ਪੈਨਿਕ ਹੋਏ ਆ ਪਿਛਲੇ ਦੋ ਕੁ ਵੀਕ ਤੋਂ, ਜਦੋਂ ਇਹ ਸਾਰੀ ਗੱਲਬਾਤ ਚੱਲ ਰਹੀ ਆ। ਕਾਫੀ ਆਫਿਸ ਦੇ ਵਿੱਚ ਕੁਆਰੀਜ਼ ਆ ਰਹੀਆਂ, ਲੋਕ ਪਾਵਰ ਆਫ ਅਟਾਰਨੀਆਂ ਬਣਾ ਕੇ ਉੱਥੇ ਭੇਜ ਰਹੇ ਆ ਪ੍ਰੋਪਰਟੀਆਂ ਸੈੱਲ ਕਰਨ ਲਈ। ਸੋ ਥੋੜੀ ਐ ਮੈਨੂੰ ਫੀਲ ਹੁੰਦਾ ਕਿ ਜਿਵੇਂ ਥੋੜੇ ਲੋਕ ਪੈਨਿਕ ਜੇ ਹੋਏ ਆ ਇਹ ਸਾਰੀ ਗੱਲਬਾਤ ਤੋਂ ਬਾਅਦ। ਅੱਛਾ, ਉੱਥੇ ਦੀ ਰਾਜਨੀਤੀ ਨਾਲ ਜੁੜੇ ਹੋ, ਉੱਥੇ ਪੜ੍ਹਾਈ ਕਰਕੇ ਆਏ ਹੋ, ਮਾਸਟਰ ਕੀਤੀ ਹੈ, ਬਹੁਤ ਨੇੜੇ ਹੋ, ਪਰਿਵਾਰ ਰਾਜਨੀਤੀ ਚ ਇਨਵੋਲਵ ਹੈ, ਕੀ ਦੇਖ ਰਹੇ ਹੋ ਇਸ ਨੂੰ, ਇਹ ਕਿੱਧਰ ਨੂੰ ਗੱਲ ਜਾਏਗੀ? ਪੰਜਾਬ ਚ ਤਾਂ ਜ਼ਿਆਦਾ ਤਾਂ ਪਹਿਲਾਂ ਹੀ ਨੀ ਵਿਕ ਰਹੀਆਂ, ਜਦੀ ਸਰਕਾਰ ਆਈ ਹੈ, ਮਤਲਬ 4 ਸਾਲ ਲੰਘ ਗਏ, 17 ਦੀ ਆਈ ਹੈ, ਆਲਮੋਸਟ 4 ਸਾਲ ਹੋ ਜਾਣੇ ਨੇ, ਜਾਇਦਾਦਾਂ ਦਾ ਭੱਠਾ ਬੈਠਿਆ ਪਿਆ, ਕੁਛ ਨੀ ਵਿਕ ਰਿਹਾ, ਅਰਬਾਂ ਕਰੋੜਾਂ ਦੀ ਜਾਇਦਾਦ ਲੋਕਾਂ ਨੇ ਬਣਾ ਕੇ ਸੈੱਟ ਕੀਤੀ ਪਈ ਆ, ਕੁਛ ਨੀ ਜ਼ਮੀਨਾਂ, ਚਲੋ ਖੇਤੀ ਦੀ ਜ਼ਮੀਨ ਦਾ ਤਾਂ ਮੈਂ ਹੈ ਹੀ ਹੱਕ, ਜਾਂ ਵੀ 10-15 ਲੱਖ ਤੋਂ ਵੱਧ ਹੋਣੀ ਨੀ ਚਾਹੀਦੀ, ਬਾਕੀ ਸ਼ਹਿਰੀ ਜਾਇਦਾਦਾਂ ਨੀ ਵਿਕ ਰਹੀਆਂ, ਤੇ ਇਹਨੇ ਹੁਣ ਰਹਿੰਦਾ ਖੂੰਹਦਾ ਕੰਮ ਇਹਨੇ ਕਰ ਲੈਣਾ ਪੰਜਾਬ ਦੇ ਵਿੱਚ ਸੰਘਰਸ਼। ਤੇ ਇਹ ਬਿੱਲ ਜਿਹੜਾ ਨਵਾਂ ਕਾਨੂੰਨ ਬਣਿਆ, ਇਹਨੂੰ ਇੱਕ ਵਕੀਲ ਦੇ ਤੌਰ ਤੇ ਕਿਵੇਂ ਦੇਖਦੇ? ਗਿੱਲ ਸਾਹਿਬ, ਦੇਖੋ ਜਿਹੜੀ ਕੰਟਰੈਕਟ ਫਾਰਮਿੰਗ ਆ, ਇਹ ਤਿੰਨੇ ਜਿਹੜੇ ਲਾਅ ਬਣੇ ਆ, ਇਹਨਾਂ ਨੂੰ ਕਲੈਕਟਿਵਲੀ ਸਟੱਡੀ ਕਰਨ ਦੀ ਜਾਂ ਦੇਖਣ ਦੀ ਲੋੜ ਹੈਗੀ ਆ। ਇਹ ਸਾਰੇ ਮਤਲਬ ਇੱਕੋ ਚੇਨ ਦੇ ਵਿੱਚ ਹੀ ਬਣਾਏ ਗਏ ਆ। ਸੋ ਕੰਟਰੈਕਟ ਫਾਰਮਿੰਗ ਪਹਿਲਾਂ ਵੀ ਉੱਥੇ ਹੁੰਦੀ ਸੀ, ਐਂਡ ਉਹ ਫੇਲ ਹੋਈ ਆ, ਜਿਵੇਂ ਪੈਪਸੀ ਵਾਲੇ ਉੱਥੇ ਸਾਡੇ ਨੇੜੇ ਵੀ ਉਹਨਾਂ ਨੇ ਨਿਰਜਰ ਐਗਰੋ ਫੂਡਸ ਤੇ ਟਮਾਟਰਾਂ ਦੀ ਜਿਹੜੀ ਕੈਚਅਪ ਬਣਦੀ ਸੀ ਉਹਦੇ ਵਾਸਤੇ ਕੰਟਰੈਕਟ ਫਾਰਮਿੰਗ ਕਰਦੇ ਸੀ, ਜਾਂ ਜਿਹੜੀਆਂ ਸ਼ੂਗਰ ਮਿਲਸ ਹੈਗੀਆਂ ਉਹ ਕੰਟਰੈਕਟ ਫਾਰਮਿੰਗ ਉੱਥੇ ਚੱਲ ਰਹੀ ਹੈ। ਐਂਡ ਤੁਸੀਂ ਦੇਖੋ ਕਿ ਲੋਕਾਂ ਦਾ 3-3, 4-4 ਸਾਲ ਦਾ ਜਿਹੜੀਆਂ ਪੇਮੈਂਟਸ ਆ ਪਿਛਲੀਆਂ, ਉਹ ਨੀ ਉੱਥੋਂ ਮਿਲ ਰਹੀਆਂ, ਹੈਨਾ। ਸੋ ਉਹ ਤੇ ਆਲਰੇਡੀ ਫੇਲ ਹੋਇਆ ਸਿਸਟਮ, ਆਈ ਡੋਂਟ ਨੋ ਉਹ ਕਿਹੜੀ ਪਲੈਨਿੰਗ ਦੇ ਨਾਲ, ਜਾਂ ਹੁਣ ਵੱਡੇ ਲੈਵਲ ਤੇ ਕੰਟਰੈਕਟ ਫਾਰਮਿੰਗ ਹੋਊਗੀ ਜਿਹੜੀ ਕਿ ਜਿਹਦੇ ਬਾਰੇ ਕਿ ਗੱਲਬਾਤ ਚੱਲ ਰਹੀ ਆ ਕਿ ਇਹ ਪਿੱਛੇ ਜੇ ਮੈਂ ਇੱਕ ਇੰਟਰਵਿਊ, ਗਿੱਲ ਸਾਹਿਬ ਜਿਹੜੇ ਉਹ ਰਾਜੇਵਾਲ ਹੈਗੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ, ਇਹ ਡਿਸਕਸ਼ਨ ਤੇ ਸਾਰੀਆਂ 2016-17 ਤੋਂ ਚੱਲ ਰਹੀਆਂ ਸੀ ਇਹਨਾਂ ਬਾਰੇ, ਐਂਡ ਉਹਨਾਂ ਦਾ ਪਲਾਨ ਵੱਡੇ ਲੈਵਲ ਤੇ ਜਿਹੜੇ ਵੱਡੇ ਕਾਰਪੋਰੇਟਸ ਵਾ ਉਹਨਾਂ ਨੂੰ 5-5, 6-6 ਏਕੜ ਦੇ ਕਲਸਟਰ ਬਣਾ ਕੇ ਉਸ ਤਰੀਕੇ ਨਾਲ ਜ਼ਮੀਨਾਂ ਦੇਣ ਦਾ ਤੇ ਉਸ ਲੈਵਲ ਤੇ ਖੇਤੀ ਕਰਨ ਦਾ ਪਲਾਨ ਹੈਗਾ ਆ। ਤੁਸੀਂ ਦੇਖੋ ਉਹਦੇ ਨਾਲ ਜਿਹੜੀ ਟ੍ਰੈਡੀਸ਼ਨਲ ਐਗਰੀਕਲਚਰ ਆ ਉਹ ਤੇ ਖਤਮ ਹੋ ਜੂਗਾ, ਜਿਵੇਂ ਕਿ US ਦੇ ਵਿੱਚ ਟੋਟਲੀ ਸਿਸਟਮ ਇਹ ਫੇਲ ਹੋਇਆ, ਜਿੰਨੀ ਵੀ ਟ੍ਰੈਡੀਸ਼ਨਲ ਇੱਥੇ ਖੇਤੀ ਕਰਦੇ ਸੀ ਪੁਰਾਣੇ ਲੋਕ, ਸਾਰੀ ਆਲਮੋਸਟ ਖਤਮ ਹੋ ਗਈ ਹੈ। ਸੋ ਇਹ ਸਾਰੇ ਮਤਲਬ ਬਹੁਤ ਹੀ ਇਹ ਡੇਂਜਰਸ ਹੈਗਾ ਰੁਝਾਨ ਸਾਰਾ ਜੀ। ਅੱਛਾ, ਕਿਉਂਕਿ ਮਾਲਵੇ ਦੇ ਵਿੱਚ ਵੱਡੇ, ਜੇ ਆਪਾਂ ਸਸਕੈਚੂਨ ਤੇ ਜਾਂਦੇ ਹਾਂ, ਵੱਡੇ ਸੈਲੋਜ਼ ਨੇ ਉਹ ਉਹਨਾਂ ਨੇ ਬਣਾ ਲਏ, ਅਡਾਨੀ ਨੇ ਨਾ ਤਲਵੰਡੀ ਭਾਈ ਦੇ ਨੇੜੇ ਬਹੁਤ ਵੱਡੀ ਇੱਕ ਫੈਸਿਲਿਟੀ ਆਲਰੇਡੀ ਬਣਾ ਲਈ। ਇਹ ਤਾਂ ਆਪਾਂ ਤਾਂ ਬਹੁਤ ਲੇਟ ਸ਼ੁਰੂ ਹੋਏ ਆ, ਉਹ ਤਾਂ ਬਹੁਤ ਕੁਛ ਕਰੀ ਬੈਠੇ ਆ। ਅੱਛਾ, ਹੁਣ ਜਿਹੜੀ ਮੁਹਿੰਮ ਵਿੱਢੀ ਹੋਈ ਹੈ ਜਿਹਦੇ ਵਿੱਚ ਕਾਂਗਰਸ ਤੋਂ ਬਿਨਾਂ ਤੇ BJP ਤੋਂ ਬਿਨਾਂ ਸਾਰੀਆਂ ਪਾਰਟੀਆਂ ਇਨਵੋਲਵ ਹੋ ਗਈਆਂ, ਇਹਨੂੰ ਕਿਸੇ ਦਿਸ਼ਾ ਦੇ ਵਿੱਚ ਜਾਂਦੀ ਵੇਖਦੇ ਹੋ ਤੁਸੀਂ? ਬੜੀ ਤੁਹਾਡੀ ਪਕੜ ਹੈ ਰਾਜਨੀਤੀ ਦੇ ਵਿੱਚ, ਪਰਿਵਾਰ ਦੇ ਵਿੱਚ ਹੈ, ਕੀ ਲੱਗਦਾ ਤੁਹਾਨੂੰ ਬਈ ਇਹ ਬਹਿਸ ਹੋਣੀ ਤੇ ਖਹਿਰ ਆਉਣੀ ਤੇ ਆਮ ਆਦਮੀ ਪਾਰਟੀ ਇਹ ਕਿਸੇ ਪਾਸੇ ਗੱਲ ਤਣ ਪੱਤਣ ਲੱਗ ਜੂ ਯੂਨੀਅਨ ਨਾਲ, ਇਹ ਉਸੇ ਤਰ੍ਹਾਂ ਹੀ ਖੁਆਰ ਨਾ ਹੋ ਜਾਵੇ ਕੰਮ? ਫਿਰ ਗਿੱਲ ਸਾਹਿਬ ਦੇਖੋ, ਮੈਨੂੰ ਮਤਲਬ ਮੈਜੋਰਿਟੀ ਆ ਉਹਨਾਂ ਦੇ ਕੋਲੇ, ਹੈ ਨਾ, ਉਹਨਾਂ ਨੇ ਪਾਸ ਕਰਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਵੀ ਪਾਸ ਕਰਦੇ, ਪਰ ਇੱਥੇ ਨਾ ਜਿਹੜੀਆਂ ਪੰਜਾਬ ਦੀਆਂ ਖਾਸ ਕਰਕੇ ਪੋਲੀਟੀਕਲ ਪਾਰਟੀਆਂ, ਇਹਨਾਂ ਦਾ ਰੋਲ ਕੋਈ ਬਾਹਲਾ, ਖਾਸ ਕਰਕੇ ਜਿਹੜੀ ਮੌਜੂਦਾ ਕਾਂਗਰਸ ਸਰਕਾਰ ਆ, ਤੁਸੀਂ ਦੇਖੋ ਇਹ ਮੀਟਿੰਗ ਦੇ ਵਿੱਚ ਜਾਂਦੇ ਵੀ ਰਹੇ 2016-17 ਤੋਂ 2017-17 ਤੋਂ ਬਾਅਦ ਵੀ ਇਹ ਸਾਰਾ ਕੁਛ ਚੱਲਦਾ ਰਿਹਾ, ਹੈ ਨਾ। ਉਹਨਾਂ ਨੇ ਆਪਣਾ ਰੋਲ ਜਿਹੜਾ ਕੋਈ ਸਿੰਸੈਰਿਟੀ ਨਾਲ ਨਹੀਂ ਨਿਭਾਇਆ, ਜਿੱਦਾਂ ਪਹਿਲਾਂ ਇਹਦਾ ਵਿਰੋਧ ਕਰਨਾ ਚਾਹੀਦਾ ਸੀ, ਹੁਣ ਦੇਖਿਆ ਕਿ ਲੋਕਾਂ ਦਾ ਰੋਹ ਇਹਦੇ ਖਿਲਾਫ਼ ਹੈਗਾ ਆ, ਤੇ ਹੁਣ ਸਾਰੇ ਹੀ ਇਹਦੇ ਖਿਲਾਫ਼ ਹੋ ਗਏ। ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਖਾਸ ਕਰਕੇ ਗੱਲ ਆਉਂਦੀ ਆ, ਉਹਨਾਂ ਨੇ ਮੀਟਿੰਗ ਦੇ ਵਿੱਚ
कान सिंह पन्नू होना ने डिटेल एक मीटिंग अटेंड करने तो बाद डिटेल इन्हों नू लैटर लिखी है भी ये बहुत सीरीयस ते डेंजरस चीज है जिधर नू गल जा रही है ते इन्हों ने वो गल गौली नहीं हुण सारे लोगों का विरोध देख के उधर नू जा रहे देखो मैनू तो इं लगता कि जे बीजेपी नू कोई घाटा लिखिया भी साडा वोटां दा नुकसान हुंदा आ ते फिर हो सकदा कुछ ना कुछ कोई इहदे च कोई अमेंडमेंट करन एंड जिहड़ी गल गिल साहब एमएसपी दी गल चल रही है ना जे वो एमएसपी वाला विच इक पा भी देण क्लॉज उहदे नाल भी मसला हल नहीं हुंदा उह ते आपां एक तरह का एमएसपी वाली गल करके उहनां नूं एस्केप रूट दे रहे हैं इहदे चों निकलण लई एमएसपी आउण नाल उहदे नाल कोई मसला नहीं हल होना जे देखो सरकार खरीद ही नहीं करूगी ते एमएसपी ते वेखो तेईआं फसलां दी एमएसपी आ सिर्फ कणक झोने तों इलावा होर किसे दी एमएसपी ते खरीद ही नहीं हो रही घातक लग रहा जी। अच्छा जेड़ा लोग पैनक हो के राहदारियां सॉरी राहदारियां नहीं अपनी बना बना के भेज रहे ने मुख्तारियां एदे चो की भेज की रहे ने किसे नू भेज रहे ने भी जमीना बेच दे दो। हां जी इस तरीके की गलबात जी इंक्वायरी ज्यादा आ रही इस चीज दी हैगियां ते उत्थे भी प्रॉपर्टी सैल करन लई। हां जी क्योंकि एक गल पता नहीं सोशल मीडिया से चली है क्योंकि जिनी क मैं अपनी रिसर्च की है कोई इदा का क्योंकि जो भी ये जरा लॉ होना इन्होंने ऑर्डिनेंस बनाया तो फिर लॉ बनया यदि डिस्कशन या सारा कुछ 2016-17 तो चल रहा है ना सो उदा का डिस्कशन हाले मैं जिनी क मैं रिसर्च की है मतलब मैनू कितने लग्या नहीं भी कोई उदा का लॉ कोई आने का कि जिमें सीलिंग एक्ट नू रिवाइज करन दी गल आ जिवें 18 acre पहला अपने सीलिंग 18 acre तो वध नहीं कोई लैंड एग्रीकल्चर लैंड रख सकदा ते उहनू 5 acre करन दी जां कोई इदां दी गल भी नहीं हले इह रिफॉर्म्स दी गल ते चल रही सी जिहड़े आ ऑर्डिनेंस दे रूप दे विच सामने आई पर उहो जी गल हले मेरी नॉलेज दे विच नहीं किते आई पर पता नहीं उह सोशल मीडिया तों जां उदां कई वारी गल चल पैंदी आ ते उत्तों लोक सुण के थोड़े जे पैनिक लग रहे हैं जिन्नी कि मैनू हुण तक साडे आफिस च फोन बाबा साहब जे किसे नूं भेजती अटॉर नहीं मुड़ के बेच के वो दब गया फिर की करनी है ये भी देखना चाहिए। खास करके पावर ऑफ अटॉर्नी जनरल भेज दिंदे आ सेल वास्ते वो फिर हाँ जी वो तो फिर उन्होंने सारा कुछ आपां देता वो जो मर्जी करे प्रॉपर्टी नाल रिलेटेड। हाँ जी हाले इह जिहा कुछ नहीं कोई भी ये चीज नहीं हुई हले तक जिहदे च कोई नवा लॉ जमीना वेचण दा ते ओ इशू अपना होना चाहिए भी मतलब कोई लॉ तो इह जिहा है नहीं पर पैनिक ना सी हुई पैनिक ना हुई वेखो जिन्हां ने लीगली उत्थे जमीना जिन्हां को हैगियां आ जिन्हां ने सो जिहड़े एक इहदे च गल क्लीयर करन वाली गल हैगी कि जिहड़ा कोई बंदा NRI है जिहड़ा इंडिया तो बाहर 6 महीने तो वध रहिंदा आ इत्थे टैक्स अपना बाहर फाइल करदा उह सारे NRI बन गए है ना उहनां लई एग्रीकल्चर लैंड दे रिलेटेड लॉ सेम ही हैगे आ भावें कोई कैनेडियन पासपोर्ट होल्ड करदा जां इंडियन पासपोर्ट होल्ड करदा है। सो उहदे बारे भी लोकां नूं काफी कन्फ्यूजन हैगी आ सो एग्रीकल्चर लैंड नाल रिलेटेड जिहड़ा लॉ आ उह सारिआं वास्ते सेम ही हैगा आ भावें किसी को कैनेडियन पासपोर्ट आ भावें किसी को इंडियन पासपोर्ट आ सो इहदे च आपां नूं कन्फ्यूज हांजी होण दी लोड़ नहीं हैगी देखो जी केड़ा NRI है कीदा स्टेटस की है किन्ना समा जिहड़ा तुसीं उह बहुत बार क्लीयर ए किया भी जद जिन्ना समा कुछ दस्सिया सी उस समय तो बाद जब तुसीं इत्थे बाहर आ जांदे हो तां इहनां दी स्टेटस की है ते दूजा की इहदे ते इक दिन आपां सवार के समझाउणा जी लोकां नूं पर जनरल जिहड़ी गल मैं कह रहा ये है कि इह जिहा कोई हले लॉ नहीं जिहदे च डिस्कशन हैगियां इनिशियल स्टेज ते भी मैनू कोई इदां दी गल नहीं हले तक लभी सो मेरी ये रिक्वेस्ट ही है कि कोई पैनिक होने की लोड़ नहीं है सो जिहड़ा भी कोई काम तुसीं स्टैप लैणा सारा सोच विचार के करन लो। हाँ जी बिल्कुल ठीक जे कोई इनफॉर्मेशन की लोड़ है मैनू एनी टाइम तुसीं ऑफिस का नंबर दस दिओ मैनू फोन कर लैण सो असीं जी ਜੇ ਕਿਸੇ ਨੂੰ ਕੋਈ ਕੰਸਰਨ ਹੈਗਾ ਕੋਈ ਇਨਫੋਰਮੇਸ਼ਨ ਚਾਹੀਦੀ ਐਨੀ ਟਾਈਮ ਜਦੋਂ ਮਰਜ਼ੀ। ਸ਼ੋਰ ਧੰਨਵਾਦ ਬਹੁਤ ਬਹੁਤ ਠੀਕ ਹੈ ਗੱਲ ਸਰ ਥੈਂਕ ਯੂ। ਹਾਂ ਸਿਮਰਨ ਸਿੰਘ ਰੰਧਾਵਾ ਦੋਸਤ ਨੇ ਮੇਰੇ ਵਕੀਲ ਤੇ ਤੁਸੀਂ ਉਹਨਾਂ ਦੇ ਨਾਲ ਕੋਈ ਤੁਹਾਨੂੰ ਜ਼ਰੂਰਤ ਹੋਵੇ ਕਦੇ ਗੱਲਬਾਤ ਵੀ ਕਰ ਸਕਦੇ ਹੋ ਕੋਈ ਮਸ਼ਵਰਾ ਲੈਣਾ ਹੋਵੇ। ਸੋ ਇਹ ਕਈ ਵਾਰ ਨਾ ਆਪਾਂ ਵੈਸੇ ਹੀ ਗੱਲ ਹੋ ਜਾਂਦੀ ਹੈ ਸ਼ੁਰੂ ਆਹ ਹੋ ਗਿਆ ਜੀ ਆਹ ਹੋ ਗਿਆ
ਅਜਿਹਾ ਕੁਛ ਨਹੀਂ, ਕੋਈ ਨਵਾਂ ਰੂਲ ਨਹੀਂ, ਅਜਿਹਾ ਕੋਈ ਕਾਨੂੰਨ ਨਹੀਂ ਜਿਹਦੇ ਚ ਜ਼ਮੀਨਾਂ ਤੁਹਾਨੂੰ ਤੁਹਾਡੀਆਂ ਜਿਹੜੀਆਂ ਬਈ ਛੇਤੀ ਤੁਸੀਂ ਵੇਚਣੀਆਂ ਨੇ। ਵੈਸੇ ਵਿਕੇ ਨਹੀਂ ਰਿਹਾ ਕੁਛ, ਉੱਥੇ ਵੇਚਣਾ ਕੀ ਹੈ? ਵਿਸਰਾ ਕਰਨ ਸਿੰਘ ਜੀ, ਤੁਸੀਂ ਇਹ ਤੇ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ। ਮੈਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਭਾਈ ਤੁਹਾਨੂੰ ਬਹੁਤ ਬਹੁਤ। ਐਕਚੁਅਲੀ ਮੈਂ ਸਵੇਰੇ ਫੋਨ ਮਲਾਉਣਾ ਸੀ ਉਧਰ ਤੇ ਲਾਈਨਾਂ ਵੀ ਬਿਜੀ ਹੋਈਆਂ ਜੀ, ਕੋਈ ਨੰਬਰ ਸੀ ਜਿਹੜਾ ਉਹ ਥੋੜਾ ਜਿਹਾ ਭੁਲੇਖਾ ਪੈ ਗਿਆ, ਮੈਂ ਦੂਜਾ ਕਰੀ ਗਿਆ ਜੀ। ਬਟ ਹੁਣ ਗੰਠ ਹੋ ਗਿਆ ਗਿੱਲ ਸਾਹਿਬ, ਕਿਰਪਾ ਹੋ ਗਈ ਹੁਣ ਉਧਰਲਾ ਨੰਬਰ ਵੀ ਗੰਠ ਹੋ ਗਿਆ 222-0600। ਤੇ ਦੂਜਾ ਮੈਂ ਸੁਣ ਰਿਹਾ ਸੀ ਸਵੇਰੇ ਗਿੱਲ ਸਾਹਿਬ, ਬਸ ਮਨ ਬਾਗ ਪਾ ਗਿਆ ਤੇ ਤੁਸੀਂ ਵੀ ਦੱਸ ਦੇ ਸੀ ਕਿ ਪਸੀਨੋ ਪਸੀਨੀ ਹੋਇਆ ਪਿਆ। ਮੈਂ ਕਈ ਆਪਣੇ ਕੌਰਨਰ ਸਾਹਿਬ ਕਹਿ ਰਹੇ ਸੀਗੇ, ਮੈਂ ਸੋਚਦਾ ਸੀ, ਮੈਂ ਕਿਹਾ ਮੈਂ ਗਿੱਲ ਸਾਹਿਬ ਨੂੰ ਕਹਾਂ ਵੀ ਅੱਜ ਇਦਾਂ ਹੋਇਆ ਆ ਤਾਂ ਮੈਸੀ ਤੋਂ ਉੱਠ ਕੇ ਨਾ ਜੱਟ ਨੂੰ ਸਿੱਧਾ ਹੀ ਕੰਬਾਈਨ ਦੇ ਵਿੱਚ ਬਿਠਾ ਲਿਓ ਤੇ ਕੰਬਾਈਨ ਵੀ ਜੌਨ ਡੀਅਰ ਦੀ ਸੀਗੀ, ਉਹ ਤਾਂ ਫਜ਼ਲ ਹੋ ਜਾਂਦਾ ਬੰਦਾ ਪਹਿਲਾਂ ਥੋੜਾ ਜਿਹਾ, ਬਟ ਫੀਲਿੰਗ ਉਹੀ ਸੀਗੀ ਹੈ। ਉਸ ਵੇਲੇ ਮੈਂ ਬੜੀ ਟਰਾਈ ਕੀਤੀ ਗਿੱਲ ਸਾਹਿਬ, ਮੈਂ ਆਲੇ ਦੁਆਲੇ ਵੀ ਨੰਬਰ ਲੈਣ ਦੀ ਕੋਸ਼ਿਸ਼ ਕੀਤੀ, ਫਿਰ ਤੁਸੀਂ ਮੈਨੂੰ ਬਾਅਦ ਦੱਸਿਆ ਤਾਂ ਫਿਰ ਸਮਾਂ ਉਸ ਵੇਲੇ ਖਤਮ ਹੋ ਗਿਆ ਸੀ ਪ੍ਰੋਗਰਾਮ ਦਾ। ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸਾਰਿਆਂ ਨੂੰ, ਬਾਗ ਸਾਹਿਬ ਨੂੰ, ਸਾਰੀ ਫੈਮਿਲੀ ਨੂੰ, ਬਾਗ ਸਾਹਿਬ ਦੀ ਤੇ ਤੁਹਾਨੂੰ ਵੀ। ਐਂਡ ਹਮੇਸ਼ਾ ਹੀ ਤੁਹਾਡੇ ਨਾਲ ਆ ਗਿੱਲ ਸਾਹਿਬ, ਜਿੱਥੇ ਹੋਲਡ ਕਰਿਓ ਆਈ ਡੀ ਚੱਲ ਪਵੇ ਹੋਲਡ ਕਰੇ। ਹਾਂਜੀ ਬਾਈ ਜੀ, ਕਰਨ ਸਿੰਘ ਜੀ। ਹਾਂਜੀ ਬਸ ਬਲਬਲੇ ਸੀਗੇ ਗਿੱਲ ਸਾਹਿਬ ਦਿਲ ਦੇ, ਤੇ ਮੈਂ ਕਿਹਾ ਧੰਨਵਾਦ ਕੋਈ ਗੱਲ ਆ, ਮਤਲਬ ਗੱਲ ਪ੍ਰੋਗਰਾਮ ਤਾਂ ਸਾਡੇ ਆਪਣੇ ਹੀ ਆ। ਮੈਂ ਔਰ ਇਹ ਵੀ ਮੇਰੀ ਬੇਨਤੀ ਆ ਕਿ ਜੇ ਮੈਸੀ ਚ ਉੱਠ ਕੇ ਅੱਜ ਬਹਿ ਗਏ ਹੈਗੇ ਆ ਆਪਾਂ ਕੰਬਾਈਨ ਦੇ ਵਿੱਚ, ਤੇ ਉਹ ਮੈਸੀ ਦੇ ਕਰਕੇ ਹੀ ਬਰਕਤਾਂ ਉਹਦੀਆਂ ਸੀਗੀਆਂ। ਸੋ ਸਾਨੂੰ ਇਹ ਗੱਲ ਵੀ ਹਮੇਸ਼ਾ ਰੱਖਣੀ ਚਾਹੀਦੀ ਆ ਕਿ ਉਹ ਜਿਹੜਾ ਘਰ ਦੇ ਵਿੱਚ ਕੋਈ ਵੀ ਜਿਹੜਾ ਸੰਦ ਹੁੰਦਾ ਆ ਉਹੀ ਪਹਿਲਾਂ ਭਾਗਾ ਵਾਲਾ ਹੁੰਦਾ, ਉਹ ਤੋਂ ਅੱਗੇ ਤਰੱਕੀਆਂ ਹੁੰਦੀਆਂ ਹੈਗੀਆਂ। ਸੋ ਸਾਨੂੰ ਉਹਦਾ ਵੀ ਖਿਆਲ ਰੱਖਣਾ ਚਾਹੀਦਾ, ਉਹਨੂੰ ਵੀ ਪੂਰਾ ਇਤਮਾਨ ਦੇਣਾ ਚਾਹੀਦਾ ਹੈਗਾ ਆ। ਥੈਂਕ ਯੂ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆ ਦੇਖੋ ਵਾਪਸ ਆ ਕੇ ਬਹਿ ਗਏ, ਜਦੀ ਨਾਲੇ ਤਿੰਨ ਦੀ ਜਗ੍ਹਾ ਇੱਕ ਘੰਟਾ ਹੋਰ ਵਧਾ, ਤੁਹਾਡਾ ਹੁਣ 4 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਰਹਾਂਗੇ। ਧੰਨਵਾਦ ਬਹੁਤ ਬਹੁਤ, ਤੁਸੀਂ ਜਿਹੜਾ ਪਿਆਰ ਕਰਦੇ ਹੋ, ਬੇਬਾਕੀ ਦੀ ਗੱਲ ਕਰਨੀ ਚਾਹੀਦੀ ਹੈ ਬੰਦੇ ਨੂੰ। ਇਹ ਕਰਨ ਸਿੰਘ ਉਹਨਾਂ ਦੇ ਹੱਕ ਚ ਜਾਂਦੀ ਹੈ ਗੱਲ, ਕੁਛ ਵੀ ਗੱਲ ਹੋਵੇ ਤੇ ਬਈ ਇਉਂ ਨੀ ਬਈ ਗੱਲ ਨਰਮ ਜੀ ਕਰਕੇ ਤੇ ਇਧਰੋਂ ਉਧਰੋਂ ਜੀ ਕਰਕੇ, ਗੱਲ ਸਹੀ ਹੋਵੇ, ਕਾਲਰਾਂ ਦੀ ਵੀ ਸਹੀ ਹੋਵੇ, ਹੋਸਟ ਦੀ ਵੀ ਸਹੀ ਹੋਵੇ, ਸਾਨੂੰ ਵਧੀਆ ਪਰੋਸਣਾ ਚਾਹੀਦਾ। ਨਛੱਤਰ ਸਿੰਘ ਗਰੇਵਾਲ ਜੀ, ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਜੀ ਬਾਈ ਜੀ, ਸਤਿ ਸ੍ਰੀ ਅਕਾਲ। ਮੈਂ ਤਾਂ ਵਧਾਈਆਂ ਹੀ ਦੇਣੀਆਂ, ਬਹੁਤ ਬਹੁਤ ਵਧਾਈਆਂ, ਪਰਮਾਤਮਾ ਲੰਬੀ ਜ਼ਿੰਦਗੀ ਲਾਵੇ। ਧੰਨਵਾਦ ਜੀ ਬਹੁਤ ਬਹੁਤ, ਧੰਨਵਾਦ ਜੀ ਬਹੁਤ ਬਹੁਤ। ਓਕੇ ਸਾਹਿਬ, ਚੱਕੀ ਚਲੋ ਜੀ ਕੰਮ। ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਤੇ ਦੂਜੀ ਜਿਹੜੀ ਮੈਂ ਗੱਲਬਾਤ ਕਰਨੀ ਚਾਹੁੰਦਾ ਉਹ ਇਹ ਹੈ ਕਿ ਬੰਗਾਲੀ ਕਮਿਊਨਿਟੀ ਦੇ ਵਿੱਚ ਅੰਟੈਰੀਓ ਦੇ 2 ਵਰ੍ਹਿਆਂ ਦੇ ਵਿੱਚ 13 ਨੌਜਵਾਨ ਮੁੰਡਿਆਂ ਨੇ ਜਿਹੜੀ ਹੈ ਖੁਦਕੁਸ਼ੀ ਕਰ ਲਈ। ਹੁਣ ਇਹ ਜ਼ਿਆਦਾ ਜਿਹੜੀ ਕਮਿਊਨਿਟੀ ਹੈ ਮੁਸਲਿਮ ਕਮਿਊਨਿਟੀ ਹੈ, ਇਹਦੇ ਵਿੱਚੋਂ ਇਹ ਮੁਸ਼ਕਲ ਕਿਹੜੀ ਗੱਲ ਆਈ? ਲੇਕ ਅੰਟੈਰੀਓ ਦੇ ਵਿੱਚ 31 ਮਾਰਚ ਨੂੰ ਫਹਿਮੀ ਰਹਿਮਾਨ ਨਾਂ ਦਾ ਮੁੰਡਾ ਤੇ 21 ਵਰ੍ਹਿਆਂ ਦਾ ਦੂਸਰਾ ਸਾਲ ਲਾਈਫ ਸਾਇੰਸਿਸ ਦਾ ਸਟੂਡੈਂਟ ਯੂਨੀਵਰਸਿਟੀ ਆਫ ਟੋਰਾਂਟੋ ਦਾ ਅਤੇ ਡੀਨਸ ਆਨਰ ਲਿਸਟ ਤੇ ਨਾਂ, ਬਹੁਤ ਇੰਟੈਲੀਜੈਂਟ ਤੇ ਜਨਰਸ ਜਵਾਕ, ਪਤਾ ਨੀ ਕੀ ਗੱਲ ਹੋ ਗਈ ਕਿਉਂ ਜਿਹੜਾ ਉੱਧਰ ਨੂੰ ਚਲੇ ਗਿਆ। ਇਹ ਨਾਲੇ 13 ਯੰਗ ਜਿਹੜੇ ਬੰਗਾਲੀ ਮੁੰਡਿਆਂ ਦਾ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ 2 ਸਾਲਾਂ ਦੇ ਸਮੇਂ ਚ ਮਰ ਜਾਣਾ, ਇਹ ਇੱਕ ਬਹੁਤ ਵੱਡਾ ਇਸ਼ੂ ਹੈ। ਹੁਣ ਇਹਦੇ ਤੇ ਖੋਜ ਪੱਤਰ ਜਿਹੜਾ ਛਾਪਿਆ ਜਿਹਦੇ ਵਿੱਚ ਕੰਮ ਕੀਤਾ ਗੁਲਾਮ ਮੁਸਤਫਾ, ਮੁਹਤਾਬਉਦੀਨ, ਇਮਾਮਉਦੀਨ, ਨਾਸਰ ਅਹਿਮਦ ਤੇ ਜਿਹੜੀ ਫੋਕਸ ਗਰੁੱਪ ਇਹਦੇ ਚ ਉਹਨਾਂ ਨੇ ਕੀਤਾ ਤੇ ਉਹਦੇ ਚ ਇਹ ਕਾਰਨ, ਹੁਣ ਇਹ ਜਿਹੜੇ ਬੰਦੇ ਕਲਕੱਤੇ ਰਹੇ ਨੇ ਉਹਨਾਂ ਨੂੰ ਪਤਾ ਵੀ ਬਹੁਤ ਸੈਂਸਿਟਿਵ ਕਮਿਊਨਿਟੀ ਹੈ ਬੰਗਾਲ ਦੇ ਲੋਕ, ਬਹੁਤ ਸੈਂਸਿਟਿਵ ਨੇ, ਬਹੁਤ ਸੰਵੇਦਨਸ਼ੀਲ ਨੇ। ਬੱਸ ਦੇ ਵਿੱਚ ਤੁਹਾਡਾ ਪੈਰ ਨਾਲ ਪੈਰ ਲੱਗ ਜਾਵੇ
वह चार बार गलती मनते हैं पैर से, उन्होंने पैर भी कितने रखा जाए। स्त्रियां बहुत ज्यादा सेंसिटिव ने, बहुत ज्यादा। सो ये जरा इशू क्यों हो रहा है, ये कम्यूनिटी के कल्ले पेरेंट्स ये इनवॉल्व ने हुई है जो कम्यूनिटी ने जिदे शो ऑफ वाली कहानी होवे, कम्यूनिटी की लड़ाई होवे, पता नहीं। मतलब हामी रहमान जरा डिप्रेशन च गया सत वरे पहला, सत महीने पहला, कह रहे असी कोशिश की हेल्प नहीं आई साढ़े को। तुसी ये देखो मनोरोग जिन्ने मनोविज्ञानी ने उन्हां दी एक्सेसिबिलिटी बहुत घट आ अपनी कम्यूनिटी दे विच, इत्थे भी उहदा रीजन उहदा कारण कि पहली गल प्रोफेशनल घट, दूजी गल दुभाषीए घट, जिहड़े पंजाबी हुण अंग्रेजी बोलणा बंदा जिहनूं पंजाबी वाले नूं अंग्रेजी भी आउंदी होवे उह दस नहीं सकदा वी किहड़े कारण, अपनी भाषा च जब गल करते हो तो बड़ा फर्क है। और इनू बीमारी मनण की लोड़ है। आ एक कम्यूनिटी झल थी उन्होंने फड़ के, नौजवान तेरह का एक तेरह जवाकों का कम्यूनिटी चले जाना है, बहुत अलार्मिंग है। इसे तरह ही साढ़े ये जेडे जवाक ने मोस्टली 23 साल से उसके अंडर से ज्यादातर कॉलेज से यूनिवर्सिटी स्टूडेंट्स, ख्याल रखे हूं जवाक थोड़े पहले साल चले ने, सुन वाले मैं कहना यूनिवर्सिटी या कॉलेज के ग्रेड 12 तो जोड़े बाद गए उन्होंने निगाह रखो। ये नहीं है भी बंदा कच्छा बजा फिर मेरी जवाकों यूबीसी एस एफ यू यूनिवर्सिटी ऑफ टोरंटो एडमिशन मिल गई, कैलगरी मिल गई, बस बस देख ला तो डॉक्टर बनया लाए इंजीनियर, बहुत वाला इशू है। इनू अंडरस्टैंड करो प्लीज भई ये की हो रहा है, ये विच की हो सकता है, की नहीं हो सकता, ये तो निगाह रखने की लोड़ है। ये रोग बड़े भैड़े रोग ने, लोग डिप्रैशन दे विच मुड़ के खुदकशी वाले पास जाते हैं, बड़ा डेंजरस है काम। बच्चे जिहड़े खास तौर पर 18 to 23-24 साल के तो निगाह रखो, जब स्टूडेंट बन के जाते हैं किसी यूनिवर्सिटी च कॉलेज के कुछ भी नहीं है, वह तो शोप चो पूरी भी नहीं कत्ती कितने छट के उन्होंने बस हो गया एडमिशन दे चकदा दे करता, यह गल्लां कच्ची हैं तुहाडियां, निगाह रखने की लोड़ है। पहले समेस्टर के ड्रॉप आउट बहुत बड़ा रेट है, लोग बच्चे कम छड़ जाते हैं, तो उन्होंने नप्पण की नहीं लोड़ उत्थे हां हां पट्टे गए तू तो निकले गया तू तो की करना, वो कुछ नहीं है। इस देश के जीवन के लिए कली पढ़ाई है जी, मैं मानता बहुत बड़ी एक जिंदगी का थोड़ा एसेट है जिसकी पढ़ लें, पर यह भी नहीं है बी जे तुम कहो थोड़ा जवाक पढ़िया नहीं तो थोड़ी जिंदगी खत्म। सानू जवाक चाहिए साढ़े घर च, बहुत प्रोफेशनल ने, बहुत कुछ है, समझाओ उन्होंने, उन्हें बर्डन च ना पैन। यूनिवर्सिटी के ड्रॉप आउट रेट बहुत है, 67-65% है यूबीसी एस एफ यू के, 10 जवाक गए 5-6 ड्रॉप आउट होने, पहले सेमेस्टर हो सकता नैक्सट सेमेस्टर वह लुकोदे थोड़े को तैयार होकर चले जाते, पर यूनिवर्सिटी के ना हो, यह भी एक बहुत बड़ा इशू है। निगाह रखो, यह ना हो भी तुम पिछा करते हो पर कॉलेज के क्लासरूम के आले दुआले तुरते फिरते देखो, यूनिवर्सिटी जाता भी है कितने आज जाती भी है, कुड़िया फिर भी बहुत घट ने जिड़िया किसी किस्म की मुश्किल पैदा, पता नहीं कुदरत बलवा मुंडिया की। ये मैं तुम दस दिना, यह बहुत औखा काम है, यूनिवर्सिटी की एडमिशन कुछ नहीं है, बहुत जवाक ने जो ड्रॉप आउट होकर बाहर कट के उसके बाद नैक्सट 6 महीने 4 महीने यूनिवर्सिटी उस तरह ही जाते रहते, मापियां दसते नहीं भी असं आ गल हो, ख्याल रखो। सर ठाकुर सिंह जी लाइन नंबर 3 तुम एयर से हो, सर ठाकुर सिंह जी। हाँ जी हाँ जी
हेलो जी, सत श्री अकाल जी। सत श्री अकाल जी, सत श्री अकाल जी, धन्यवाद साहब, सत श्री अकाल। देखो जी, पहला तो मैं एक दुख साझा करदा जिहड़ा तुसीं पिछा छेड़िया शुरू किया जी, बई किड्डी दुख वाली गल है किवें आपां बच्चे नूं जन्म तों लैके इत्थे तां लिजांदे आ ते बहुत ज्यादा माता नूं दुख वाली गल दा सारी भाईचारे नूं दुख वाली गल आ। मैं कहना जी गल साहब, जदों बच्चे जांदे आ ना यूनिवर्सिटी च उदों मापिआं दी जिम्मेदारी पहलां नालों वध जांदी आ, ਉਹਨਾਂ ਨੂੰ ਅਣਗੌਲਾ ਨੀ ਕਰਦਾ। ਤੇ ਅਸੀਂ ਤਾਂ ਤੁਹਾਡੀ ਗੱਲ ਬਹੁਤ ਵਧੀਆ ਵੀ ਉਹਨਾਂ ਤੇ ਨਿਗਾਹ ਰੱਖੋ, ਜਾਵੋ ਆਵੋ, ਐ ਨੀ ਵੀ ਯੂਨੀਵਰਸਿਟੀ ਭੇਜਦਾ ਫੀਸਾਂ ਭਰਤੀਆਂ। ਮਾਪਿਆਂ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਇਹਦੇ ਚ, ਤੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਤੁਸੀਂ ਇਹੋ ਜਿਹਾ ਕੰਮ ਨਾ ਕਰੋ, ਕਦਮ ਨਾ ਚੱਕੋ। ਬੇਸ਼ੱਕ ਤੁਸੀਂ ਫੇਲ ਹੋ ਗਏ ਚਾਹੇ ਤੁਹਾਡਾ ਨਹੀਂ ਮਨ ਕਰਦਾ, ਤੁਸੀਂ ਖੁਦਕਸ਼ੀ ਵਾਲਾ ਨਾ ਕੰਮ ਕਰੋ। ਉਹ ਬਹੁਤ ਵੱਡਾ ਇੱਕ ਦੁੱਖ ਵਾਲੀ ਗੱਲ ਆ ਮਾਪਿਆਂ ਨੂੰ ਵੀ ਹੋਰ ਭਾਈਚਾਰੇ ਨੂੰ ਵੀ ਇਹ ਕੰਮ ਨਾ ਕਰੋ, ਪੜ੍ਹਾ ਲਿਖਿਆ ਜਿਹੜਾ ਬੱਚਾ। ਤੇ ਦੂਜੀ ਗੱਲ ਆ ਜੀ, ਹਰਦੀਪ ਸਿੰਘ ਆਪਣੇ ਜਿਹੜਾ ਰੇਡੀਓ ਸਟੇਸ਼ਨ ਆ ਉਹਦੀ ਮੈਂ ਵਧਾਈ ਦਿੰਦਾ, ਤੇ ਬਾਕੀ ਆਪਣੇ ਭਾਈ ਸਾਹਿਬ ਦੀ ਜਿਹੜੀ ਆਪਣੀ ਸ਼ੁਰੂ ਕੀਤਾ ਉਹਨਾਂ ਨੇ ਕੰਮ, ਮੈਂ ਹੁਣ ਨਾਂ ਨੀ ਜਾਣਦਾ, ਉਹਦੀ ਵੀ ਤੁਹਾਨੂੰ ਬਹੁਤ ਬਹੁਤ ਵਧਾਈ। ਤੇ ਚੜ੍ਹਦੀ ਕਲਾ ਚ ਰਹੋ, ਤੇ ਸਾਡਾ ਹੁਣ ਰੌਣਕ ਵੱਧ ਹੋ ਗਈ ਜਿਹੜੇ ਘਰੇ ਰਹੀ ਅਸੀਂ ਉੱਧਰ ਲਾਗਾ ਕਰਾਂਗੇ ਕਿਤੇ ਇੱਧਰ। ਸਤਿ ਸ੍ਰੀ ਅਕਾਲ ਜੀ ਹਰਦੀਪ ਸਿੰਘ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ ਇਸ ਚੀਜ਼ ਦਾ। ਪਲੀਜ਼ ਕਿਰਪਾ ਕਰਕੇ ਖਾਸ ਖਿਆਲ ਰੱਖਣਾ, ਜਵਾਕਾਂ ਤੇ ਨਿਗਾਹ ਰੱਖੋ। ਇਹ ਸਾਡੀ ਸਾਡੀ ਕੌਮ ਦੀ, ਆਪਣੇ ਪਰਿਵਾਰ ਦੀ, ਇਹ ਸਭ ਕੁਛ ਇਹਨਾਂ ਦੇ ਕੋਲ ਆਪਣਾ। ਇਹ ਬਿਲਕੁਲ ਮੈਂ ਮੰਨਦਾ ਕਿ ਉਹ ਪੜ੍ਹਨੇ ਚਾਹੀਦਾ ਉਹਨਾਂ ਨੂੰ, ਉਹਨਾਂ ਨੇ ਤਰੱਕੀਆਂ ਕਰਨੀ ਚਾਹੀਦੀ, ਪਰ ਉਹਦੀ ਉਹਦੀ ਇਹ ਨਾ ਹੋਵੇ ਉਹਦੀ ਉਹਦੀ ਕੀਮਤ ਆ ਜਿਹੜੀ ਜਾਨ ਹੈ। ਪ੍ਰੈਸ਼ਰ ਦੇ ਵਿੱਚ ਆ ਜਵਾਕ ਹੁਣ ਜਿਹੜੇ ਗਏ ਨੇ, ਮੈਂ ਕਮਿਊਨਿਟੀ ਨੂੰ ਬਹੁਤ ਨੇੜਿਓਂ ਦੇਖਿਆ, ਬੰਗਾਲ ਦੇ ਵਿੱਚ ਬਹੁਤ ਸਮਾਂ ਮੈਂ ਰਿਹਾ। ਬਹੁਤ ਸੈਂਸਿਟਿਵ ਲੋਕ ਨੇ ਬੰਗਾਲੀ ਲੋਕ, ਬਹੁਤ ਜ਼ਿਆਦਾ ਸੈਂਸਿਟਿਵ। ਕੱਲ ਕੀ ਜਦ ਆਏ ਪੜ੍ਹਾਈ ਪਹਿਲਾਂ ਹੋਈ, ਜਿਹੜੀ ਬੁੱਧੀਜੀਵੀ ਨੇ ਬਹੁਤ ਜ਼ਿਆਦਾ ਉੱਥੇ ਪੈਦਾ ਹੋਏ, ਗੋਰੇ ਆਏ, ਗੋਰਿਆਂ ਦੇ ਨਾਲ ਉਹ ਰਲ ਗਏ, ਕਾਸਟ ਸਿਸਟਮ ਬਹੁਤ ਆ ਉੱਥੇ ਇਹ, ਪਰ ਸੰਵੇਦਨਸ਼ੀਲਤਾ ਬਹੁਤ ਹੈ। ਹਰ ਲੈਵਲ ਦਾ ਬੰਦਾ ਜਿਹੜਾ ਬਹੁਤ ਸੰਵੇਦਨਸ਼ੀਲ। ਹੁਣ ਇਹ ਜਵਾਕ ਜੰਮੇ ਪਲੇ ਤਾਂ ਇੱਥੇ ਨੇ, ਪਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਝੱਲੇ ਗਏ, ਤੇ ਜਿਹੜੀ ਹੈ ਉਹਨਾਂ ਨੇ ਆਪਣੇ ਆਪ ਨੂੰ 2 ਸਾਲਾਂ ਚ 13 ਜਵਾਕ ਬਹੁਤ ਵੱਡੀ ਗਿਣਤੀ ਹੈ, 2 ਮਹੀਨੇ ਬਾਅਦ 1 ਹੋ ਗਿਆ। ਆਪਣਾ ਵੀ ਇਹ ਮੁਸ਼ਕਲ ਆ ਬਹੁਤ, ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਪ੍ਰੈਸ਼ਰ ਚ ਜਾ ਰਹੇ ਹੋ। ਅਮਰਿੰਦਰ ਦੀ ਗੱਲ ਤੁਸੀਂ ਹੁਣੇ ਮੁੰਡੇ ਦੀ ਉਹਦੀ ਸੁਣ ਕੇ, ਹਲੇ ਕੁਛ ਹੀ ਦਿਨ ਹੋਏ ਨੇ, ਹੁਣ ਮਾਪੇ ਆ ਨੀ ਸਕਦੇ ਤੇ ਬੋਡੀ ਇੱਥੋਂ ਭੇਜਣੀ ਆ ਜਾਂ ਕੀ ਕਰਨਾ ਰੱਬ ਜਾਣਦਾ, ਹਲੇ ਅੱਧ ਵਿਚਾਲਿਆ ਕੰਮ। ਦੂਸਰਾ ਜਿਹੜਾ ਘਰ ਦੀ ਸਿਕਿਉਰਿਟੀ, ਤੁਹਾਡੀ ਇੱਕ ਖਾਸ ਖਿਆਲ ਰੱਖਣਾ, ਜਿਹੜਾ ਕੋਈ ਪੁਰਾਣਾ ਤੁਸੀਂ ਘਰ ਲੈਂਦੇ ਹੋ ਉਹਦੇ ਵਿੱਚ ਲੇਟੈਸਟ ਸਿਸਟਮ ਲੱਗਿਆ ਹੋਇਆ। ਲੇਟੈਸਟ ਸਿਸਟਮ ਦਾ ਮਤਲਬ ਉਹਦੇ ਚ ਕੰਟਰੋਲ 4 ਵਗੈਰਾ ਲਾਏ ਹੋਏ ਨੇ ਉਹਨਾਂ ਨੇ, ਜਿਹਦੇ ਨਾਲ ਤੁਸੀਂ ਘਰ ਦੇ ਵਿੱਚ ਆਟੋਮੇਸ਼ਨ ਘਰ ਦਾ ਕੀਤਾ ਹੋਇਆ। ਐਪ ਹੈ ਕੰਟਰੋਲ 4 ਦਾ, ਮਤਲਬ ਆਟੋਮੇਸ਼ਨ ਘਰ ਦੀ ਕੀ ਹੈ, ਲਾਈਟਸ ਜਿਹੜੀਆਂ ਫੋਨ ਤੋਂ ਆਨ ਆਫ ਕਰਨੀਆਂ, ਘਰ ਦੇ ਪਰਦੇ ਬੰਦ ਕਰਨੇ, ਪਰਦੇ ਖੋਲਣੇ, ਘਰ ਲੌਕ ਅਨਲੌਕ ਕਰਨਾ। ਹੁਣ ਇਹ ਗਏ ਸਟੋਨੀ ਪਲੇਨ ਦੀ ਘਟਨਾ, ਫਿਰ ਫਰਨਲ ਨੇ ਇੱਕ ਘਰ ਲੈ ਲਿਆ, ਘਰ ਦਾ ਸਿਸਟਮ ਕੁਛ ਟ੍ਰੇਨ ਚ ਰੱਖ ਕੇ ਉਹ ਕਹਿੰਦਾ ਵੀ ਤੇਰਾ ਘਰ ਦਾ ਕੰਟਰੋਲ ਮੇਰੇ ਕੋਲ ਆ। ਉਹ ਕਹਿੰਦੇ ਵੀ ਮੈਂ ਤਾਂ, ਮੇਰਾ ਤਾਂ ਇਹ ਹੋ ਗਈ, ਮੈਂ ਤਾਂ ਕਲੈਪਸ ਹੋਣ ਵਾਲੀ ਹੋ ਗਈ। 1 ਮਿੰਟ ਦੇ ਵਿੱਚ ਘਰ ਜਿਹੜਾ ਉਸਨੇ ਮੇਰਾ ਬੰਦ ਕਰ ਦਿੱਤਾ, ਘਰ ਮੇਰਾ ਖੋਲ ਦਿੱਤਾ, ਵਿੰਡੋਜ਼ ਜਿਹੜੀ ਹੈ ਤੇ ਅਨਲੋਕ ਦੇ ਦਰਵਾਜ਼ੇ ਤੇ ਵਿੰਡੋ ਤੇ ਉਹ, ਮੈਂ ਤੈਨੂੰ ਇਹ ਦੱਸ ਸਕਦਾ ਤੂੰ ਕਦ ਬਾਹਰ ਨਿਕਲੀ ਤੇ ਕਦ ਤੂੰ ਘਰ ਦੇ ਵਿੱਚ ਅੰਦਰ ਗਈ। ਸਮਝ ਨਾ ਆਈ ਵੀ ਹੋ ਕੀ ਰਿਹਾ ਵੀ ਪਹਿਲਾਂ ਜਿਹੜਾ ਉਹਦੇ ਨਾਲ ਕਨੈਕਟ ਹੋਇਆ ਫੇਸਬੁੱਕ ਤੇ, ਉਹ ਪਹਿਲਾ ਓਨਰ ਸੀ ਇਸ ਘਰ ਦਾ। ਉਹਨੇ ਫੜ ਲਈ ਗੱਲ, ਲੱਭ ਗਈ ਉਹਨੂੰ ਰੌਬ ਹਾਲ, ਉਸਨੂੰ ਵਾਰਨਿੰਗ ਦਿੰਦਾ ਰਿਹਾ ਕਿ ਉਹਦਾ ਕੰਟਰੋਲ ਆ ਤੇਰੀ ਸਿਕਿਉਰਿਟੀ ਸਿਸਟਮ ਤੇ। ਇਹ ਸਿਸਟਮ ਵਿੱਚ ਕੀ ਹੈ ਹੁਣ ਜਦ ਤੁਸੀਂ ਮੂਵ ਇਨ ਹੋਣਾ, ਪਹਿਲੀ ਗੱਲ ਸਿਕਿਉਰਿਟੀ ਜੇ ਕਿਸੇ ਵੀ ਕੰਪਨੀ ਦੀ ਕਰਾਈ ਆ ਉਹ ਕੈਂਸਲ ਕਰੋ ਤੇ ਆਪਣੇ ਨਵਾਂ ਸਿਸਟਮ ਲਾਓ। ਟੈਕਨੀਸ਼ੀਅਨ ਨੂੰ ਸੱਦ ਕੇ
ਜਿਹੜਾ ਉਸ ਨੂੰ ਟੇਕ ਓਵਰ ਕਰੋ ਵੀ ਇਦੋਂ ਪਹਿਲਾਂ ਜਿਹੜੀ ਉਹਨੇ ਰੌਬ ਹਾਲ ਨੇ ਇਹ ਕੀਤਾ ਕਿਉਂ ਉਹਨੇ ਕੀਤਾ ਇਹ ਕਿ ਲੋਕਾਂ ਨੂੰ ਦਿਖਾਉਣ ਦੇ ਲਈ ਉਹਨੇ ਇਹ ਨੀ ਕਿ ਜਾਣ ਕੇ ਕਿਉਂਕਿ ਉਹਨੇ ਬਾਅਦ ਤਾਂ ਦੱਸ ਦਿੱਤਾ ਤੇ ਸਿਕਿਉਰਿਟੀ ਇਕਵਿਪਮੈਂਟ ਜਿਹੜਾ ਪਿੱਛੇ ਰਹਿ ਗਿਆ ਤੇ ਸਿਸਟਮ ਉਹਦੇ ਕੋਲ ਹੈ ਉਹਦਾ ਸਾਰੇ ਪਾਸਵਰਡ ਉਹਦੇ ਕੋਲ ਨੇ ਉਹਦੇ ਫੋਨ ਤੇ ਹੈ ਇਹਦੇ ਤੇ ਉਸਨੇ ਫਿਰ ਉਸਨੂੰ ਕੰਟੈਕਟ ਕਰਕੇ ਦੱਸਿਆ ਕਿ ਇਹ ਜਿਹੜਾ ਐਪ ਆ ਇਸ ਤਰ੍ਹਾਂ ਯੂਜ਼ ਹੁੰਦਾ ਤੇ ਗੋ ਪਬਲਿਕ ਦੇ ਵਿੱਚ ਇਹਨੂੰ ਪਬਲਿਕਲੀ ਇਹ ਕੀਤਾ ਦੱਸਿਆ ਕਿ ਜਦ ਤੁਸੀਂ ਘਰ ਖਰੀਦਣਾ ਸਿਸਟਮ ਜਿਹੜਾ ਮੇਕ ਸ਼ੋਰ ਜਿਹੜਾ ਤੁਸੀਂ ਜਿਹੜਾ ਸਿਕਿਉਰਿਟੀ ਐਕਸਪਰਟ ਕੀ ਵੀ ਫਾਲੋਅਰ ਕਹਿ ਰਿਹਾ ਕਿ ਸਿਕਿਉਰਿਟੀ ਕੰਪਨੀ ਆ ਡਿਲੇ ਕਰ ਦਿੰਦੀ ਨੇ ਕੈਂਸਲੇਸ਼ਨ ਚ ਨਵਾਂ ਹੋਮ ਓਨਰ ਜਿਹੜਾ ਉਹ ਮੂਵ ਹੁੰਦਾ ਕਿਉਂਕਿ ਬਹੁਤ ਚੱਕਰ ਨੇ ਥੋੜਾ ਚੱਕਰ ਨੀ ਹੈ ਤੇ ਔਰ ਇਹਨੂੰ ਕੋਈ ਵੀ ਹੈਕਰ ਜੇ ਕੋਈ ਹੈਕ ਕਰ ਲਵੇ ਉਹ ਕੀ ਕਰੂਗਾ ਉਹ ਘਰ ਦੇ ਕੈਮਰਿਆਂ ਰਾਹੀਂ ਤੁਹਾਨੂੰ ਆਉਂਦਾ ਜਾਂਦਾ ਵੇਖ ਸਕ ਤੇ ਪ੍ਰਾਈਵੇਸੀ ਲਾਅ ਜਿਹੜੇ ਨੇ ਇਹ ਨਵੇਂ ਹੋਣੇ ਚਾਹੀਦੇ ਨੇ ਇਸ ਬੰਦੇ ਨੇ ਪ੍ਰੂਵ ਕਰਤਾ ਤੇ ਉਹਦੇ ਨਾਲ ਗੱਲ ਕਰਕੇ ਕਿ ਕਿਵੇਂ ਇਸ ਨੂੰ ਠੀਕ ਤੁਸੀਂ ਕਰ ਸਕਦੇ ਇਹ ਯਾਦ ਰੱਖਣਾ ਦੋ ਕਿਸਮ ਦਾ ਸਿਸਟਮ ਹੈ ਇੱਕ ਤਾਂ ਇਨਬਿਲਟ ਸਿਸਟਮ ਹੈ ਜਿਹੜਾ ਅੰਦਰ ਅੰਦਰ ਘਰ ਦਾ ਹੀ ਹੈ ਜਿਹਦੇ ਨਾਲ ਕੋਈ ਕੰਪਨੀ ਇਨਵੋਲਵ ਨਹੀਂ ਹੈ ਬਾਹਰਲੀ ਕੰਪਨੀ ਨੂੰ ਘਰ ਦਾ ਅਲਾਰਮ ਵੱਜਦਾ ਤੇ ਬਾਹਰ ਕੰਪਨੀ ਨੀ ਕੋਈ ਉਹਦਾ ਕੋਈ ਸਿਸਟਮ ਨੀ ਕੋਈ ਔਖਾ ਨੀ ਉਹਦਾ ਵੀ ਪਾਸਵਰਡ ਬਦਲਣਾ ਜਿਹੜੀ ਕੰਪਨੀ ਨਾਲ ਕੋਈ ਪ੍ਰੀਵੀਅਸ ਹੁੰਦਾ ਉਹ ਕੰਪਨੀ ਦਾ ਕੰਟਰੈਕਟ ਕਰੋ ਖਤਮ ਇੱਕ ਵਾਰ ਉਹਨੂੰ ਕਹਾਂ ਵੀ ਇਹਨੂੰ ਖਤਮ ਕਰ ਨਵਾਂ ਆਪਣਾ ਨਾਂ ਕਰੋ ਨਵੇਂ ਉਹਦੇ ਪਾਸਵਰਡ ਸੈੱਟ ਕਰੋ ਨਵਾਂ ਉਹਦਾ ਐਪ ਜਿਹੜਾ ਕੰਪਿਊਟਰ ਤੇ ਆਪਣੇ ਸੋਰੀ ਫੋਨ ਤੇ ਉਹਨੂੰ ਸੈਟਅਪ ਕਰੋ ਫਿਰ ਉਹਨੂੰ ਚੈੱਕ ਕਰੋ ਨਹੀਂ ਤਾਂ ਤੁਹਾਡੇ ਘਰ ਦਾ ਸਾਰੇ ਕੈਮਰੇ ਘਰ ਦੀਆਂ ਲਾਈਟਾਂ ਘਰ ਦੇ ਲੋਕ ਘਰ ਦੇ ਜਿਹੜੇ ਵਿੰਡੋ ਕਵਰਿੰਗ ਹੈ ਕੋਈ ਵੀ ਉਸਨੂੰ ਕਹਿੰਦੇ ਲਿਆ ਆਪਣੇ ਆਨ ਆਫ ਕਰਕੇ ਤੁਹਾਨੂੰ ਕੰਟਰੋਲ ਕਰ ਸਕਦੇ ਆ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਸਾਹਿਬ ਮਹਿੰਦਰ ਸਿੰਘ ਲਾਈਨ ਨੰਬਰ 2 ਤੁਸੀਂ ਇਰਤੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਜੀ ਹਾਂਜੀ ਪਹਿਲਾਂ ਤਾਂ ਗਿੱਲ ਸਾਹਿਬ ਤੁਹਾਨੂੰ ਸ਼ੇਰੇ ਪੰਜਾਬ ਰੇਡੀਓ ਸ਼ੁਰੂ ਕਰਨ ਤੇ ਬਹੁਤ ਬਹੁਤ ਵਧਾਈ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਸੇਵਾ ਜਿਹੜੀ ਹੈ ਕੌਮ ਦੀ ਹੋਰ ਵੱਧ ਹੋ ਸਕੇ ਦੂਸਰਾ ਤੁਸੀਂ ਇੱਕ ਸੁਸਾਈਡ ਦਾ ਬੱਚਿਆਂ ਦੀ ਦਾ ਮਸਲਾ ਲਿਆਂਦਾ ਇੱਕ ਬਹੁਤ ਸੰਵੇਦਨਸ਼ੀਲ ਤੇ ਗੰਭੀਰ ਮਸਲਾ ਕਿਉਂਕਿ ਮੈਂ ਸਾਡੇ ਖੇਤਾਂ ਦੇ ਕੋਲ ਦੀ ਰੇਲਵੇ ਲਾਈਨ ਲੰਘਦੀ ਸੀ ਤੇ ਮੈਂ ਬਚਪਨ ਤੋਂ ਲੈ ਕੇ ਜਿੰਨੀ ਦੇਰ ਤੱਕ ਦੇਖਿਆ ਮੈਨੂੰ ਲੱਗਦਾ ਵੀ ਸੈਂਕੜੇ ਲੋਕਾਂ ਨੇ ਉੱਥੇ ਗੱਡੀ ਥੱਲੇ ਆ ਕੇ ਸੁਸਾਈਡ ਕੀਤੀ ਹੈ ਜਿਹਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਿਆਹੀਆਂ ਵਰਗੀਆਂ ਔਰਤਾਂ ਬੁੱਢੇ ਤੇ ਹੋਰ ਬਹੁਤ ਸਾਰੇ ਇਹੋ ਜਿਹੇ ਹੋਏ ਆ ਤੇ ਉਹਨਾਂ ਦੇ ਵੱਖਰੇ ਵੱਖਰੇ ਕਾਰਨ ਹੈ ਉਸ ਤੋਂ ਅੱਗੇ ਸਕੂਲਾਂ ਕਾਲਜਾਂ ਚ ਪੜ੍ਹਦੇ ਹਾਂ ਯੂਨੀਵਰਸਿਟੀ ਤੱਕ ਫਿਰ ਆਪ ਪੜ੍ਹਾਉਂਦੇ ਹਾਂ ਬਹੁਤ ਸਾਰੇ ਸੁਸਾਈਡ ਦੇ ਕੇਸਿਸ ਸਾਹਮਣੇ ਆਏ ਆ ਕਿਉਂ ਸੁਸਾਈਡ ਕਰਦੇ ਇਹਦੇ ਬਾਰੇ ਬਹੁਤ ਜ਼ਿਆਦਾ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਕੁਛ ਲੇਖਕਾਂ ਨੇ ਸਾਈਕਾਲੋਜਿਸਟ ਨੇ ਡਾਕਟਰ ਨੇ ਤਾਂ ਸੁਸਾਈਡ ਕਰਨ ਦੇ ਤਰੀਕਿਆਂ ਬਾਰੇ ਵੀ ਲਿਖਿਆ ਹੁਣ ਜਿਹੜਾ ਰੁਝਾਨ ਕੁਛ ਦੇਰ ਤੋਂ ਚੱਲਿਆ ਬੱਚੇ ਮਾਪਿਆਂ ਦੇ ਐਕਸਪੈਕਟੇਸ਼ਨ ਤੇ ਪੂਰੇ ਨਹੀਂ ਉੱਤਰਦੇ ਬੱਚੇ ਮਾਪਿਆਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਆ ਇੰਜੀਨੀਅਰ ਬਣਾਉਣਾ ਚਾਹੁੰਦੇ ਆ ਤੇ ਪੰਜਾਬ ਚ ਇਸ ਤਰ੍ਹਾਂ ਬਹੁਤ ਬੱਚਿਆਂ ਨੇ ਸੁਸਾਈਡ ਕੀਤੀ ਉਸ ਤੋਂ ਬਾਅਦ ਕਿਸਾਨਾਂ ਦਾ ਸੁਸਾਈਡ ਕਰਨ ਦਾ ਜਿਹੜਾ ਰੁਝਾਨ ਚੱਲਿਆ ਇਹ ਬੜਾ ਚਿੰਤਾਜਨਕ ਹੈ ਇਹਦੇ ਬਾਰੇ ਬਹੁਤ ਜ਼ਿਆਦਾ ਵਿਚਾਰ ਕਰਨ ਦੀ ਲੋੜ ਹੈ ਕੋਈ ਨਵੇਂ ਕਿਸਮ ਦੇ ਜੇ ਤੁਹਾਡੀ ਨੌਲੇਜ ਵਿੱਚ ਹੋਵੇ ਕੋਈ ਇਹੋ ਜਿਹੇ ਡਾਕਟਰ ਸਾਈਕਾਲੋਜਿਸਟ ਜੇ ਕੋਈ ਇਹੋ ਜਿਹੇ ਹੋਣ ਤੇ ਉਹਨਾਂ ਨਾਲ ਇੱਕ ਪੂਰਾ ਐਪੀਸੋਡ ਦਿਓ ਤਾਂ ਕਿ ਕੁਛ ਇਹਦੇ ਬਾਰੇ ਜਾਣਕਾਰੀ ਮਿਲ ਸਕੇ ਕਿਉਂਕਿ ਜਿਹੜਾ ਸੁਸਾਈਡ ਹੈ ਇਹ ਬੜਾ ਇੱਕ ਸੰਵੇਦਨਸ਼ੀਲ ਮਸਲਾ ਔਰ ਇਹਨੇ ਇਹ ਹੈ ਫਰਸਟ੍ਰੇਸ਼ਨ ਤੇ ਫਰਸਟ੍ਰੇਸ਼ਨ ਤੋਂ ਬਾਅਦ ਬੁਜ਼ਦਿਲੀ ਹੈ ਸੁਸਾਈਡ ਜ਼ਿੰਦਗੀ ਦਾ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁਣ ਕਿਸਾਨ ਜਿਹੜੇ ਸੁਸਾਈਡ ਕਰਦੇ ਆ ਉਹ ਉਹਨਾਂ ਦੀ ਜ਼ਿੰਦਗੀ ਦਾ ਹੱਲ ਨਹੀਂ ਜੇ ਕੋਈ ਬੱਚਾ ਸੁਸਾਈਡ ਕਰਦਾ ਹੈ ਕਿਸੇ ਲਵ ਕਰਕੇ ਕਰਦਾ ਹੇਟਰਡ ਕਰਕੇ ਕਰਦਾ ਜਾਂ ਕਿਸੇ ਫਰਸਟ੍ਰੇਸ਼ਨ ਚ ਕਰਦਾ ਉਹਦਾ ਹੱਲ ਨਹੀਂ ਇਹਦੇ ਤੇ ਕੋਈ ਬਹੁਤ ਇੱਕ ਪੂਰਾ ਐਪੀਸੋਡ ਕਿਸੇ ਚੰਗੇ ਡਾਕਟਰ ਦਾ ਲਿਆਓ ਤੇ ਮੇਰਾ ਖਿਆਲ ਵੀ ਸ਼ਾਇਦ ਉਹਦੇ ਨਾਲ ਕਮਿਊਨਿਟੀ ਦਾ ਲੋਕਾਂ ਦਾ ਕੋਈ ਜਨਰੇਸ਼ਨ ਦਾ ਅੱਜ ਵਾਲੀ ਮਾਡਰਨ ਜਨਰੇਸ਼ਨ ਦਾ ਖਾਸ ਕਰਕੇ ਕੋਈ ਫਾਇਦਾ ਹੋ ਸਕੇ
मेरा ख्याल है भी तुसी इहदे समरातों कर सकते हो। बहुत बहुत धन्यवाद, वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी फतेह जी। मैं कोशिश करांगा जिहड़े इहदे ते एक्सपर्ट्स जिहड़े के तुहाडे सन्मुख कर सका, क्योंकि यह बहुत एक वड्डा मसला वड्डा इहनूं मैं जे कहां वड्डा मसला है। नाले वोटां दे बारे चोणां दे बारे गलबात जिहड़ी मैं करनी है वो ये है कि एक ना साडे कम्युनिटी दे बारे ये बड़ा जिहड़ा वो दिमाग दे विच बार भी हो गया ते भाईचारे दे भी, असी जी खास सियाणप दे नाल वोटां नहीं पाउंदे। ये गल मैनूं बड़ी, क्योंकि असी तां एक्टिव आ बहुत ज्यादा, असी तो इन्ने कायम आ इस काम दे विच कि साडे नाल तां इह नहीं हो सकदा वी सानू ना पता होवे वी वोटां किवें पाउणी है। तो मैं करूंगा इस ते असल कहानी ये होनी चाहिदी है कि मन दे विच ये गल होवे कि सानू पता होवे। एक तां देखो पार्टी दे नाल कुछ तुहाडी विचारधारा जुड़ जांदी है, किसे नाल भी, कोई लिबरल नू, कोई एनडीपी नू, कोई ग्रीन नू, किसे नाल भी जुड़ सकती है। पर पार्टी एक तां इह आ वी असी बस अखां वीच के उह पार्टी नू वोट पा ही देणी आ, साडा कोई दूजा काम ए है नहीं, ना असी इह ते सोचणा। पर जे उह पार्टी दे विच कुछ पॉलिसीज जिहड़ियां ठीक नहीं लग रही आपां नू, फिर यह भी नहीं होना चाहिए भी एक पासे दी उर होके आप गल करनी है। असी अपना भविख सवार में वोटा पाउणी है, इहदे ते निगाह रखण दी लोड़ आ बहुत ज्यादा कि की साडे लई ठीक है की साडे लई गलत है। यह बहुत जरूरी है, क्योंकि इहदा कारण एक है ते भविख जिहड़ा उह सूबे दी सरकार दे थल्ले है कि सूबा किवें चलाउणा उन्होंने। हालांकि कहा तो जाता भी इतने सूबे तो थले शहर की सरकार है, फैडरल सरकार है, इंटरवीन पर इतने एक दूजे नाल ही करते। एक होर समझो, इतने कई बार ना असी पॉलिटिशियन नाल इस गल तो लड़ पैंदा भी वो पुराने मैनेजर नूं कहिंदा क्यों नहीं यार वो साडे अंडर आ थोड़े, वो इतने जिन्ने भी काम करन वाले ये ब्यूरोक्रैट्स ने अफसर ने वो किसी पोलिटिकल बंदे की पोलिटिशियन की इनवॉल्वमेंट नहीं खोण दिंदे। ਜਾਂ ਜਿਹੜੇ ਉਹ ਐਡੇ ਵਿਗੜੇ ਹੁੰਦੇ ਆ ਉਹ ਥ੍ਰੀ ਤਿੰਨ ਚਾਰ ਚਾਰ ਜਗ੍ਹਾ ਤੋਂ ਜਾ ਕੇ ਈਮੇਲਾਂ ਵੀ ਡਿਲੀਟ ਕਰ ਦਿੰਦੇ, ਜਿਵੇਂ ਕ੍ਰਿਸਟੀ ਕਲਾਸ ਦੇ ਸਮੇਂ ਹੋਇਆ ਸੀ, ਸਰਵਰਾਂ ਤੋਂ ਵੀ ਚੱਕ ਦਿੰਦੇ ਜਿਹੜੇ ਵਿਗੜ ਜਾਂਦੇ। ਸੋ ਇਹ ਦਿਮਾਗ ਚ ਰੱਖਣੀ ਆ ਗੱਲ ਕਿ ਇੱਥੇ ਤੁਹਾਡੇ ਐਮ ਐਲ ਏ ਜਾਂ ਐਮ ਪੀ ਜਾ ਕੇ ਕਿਸੇ, ਮੰਨ ਲਓ ਤੁਹਾਡਾ ਬੰਦਾ ਕੋਈ ਦਾਖਲ ਨਹੀਂ ਹੋ ਰਿਹਾ ਵੇਟ ਚ ਖੜਾ, ਉਹ ਇਉਂ ਨਹੀਂ ਹੈ ਵੀ ਸਰੀ ਮੋਰੀਅਲ ਹਾਸਪਿਟਲ ਜਾ ਕੇ ਕੋਈ ਐਮ ਪੀ ਜਾਂ ਐਮ ਐਲ ਏ ਕਹਿ ਦੇਵੇ ਯਾਰ ਆਹ ਬੰਦਾ ਦਾਖਲ ਕਰੋ ਛੇਤੀ, ਨਹੀਂ ਹੋ ਸਕਦਾ। ਬਿਊਰੋਕਰੇਸੀ ਇੱਥੇ ਬਹੁਤ ਜ਼ੋਰ ਫੜਦੀ, ਪਰ ਪੋਲਿਸੀ ਜਿਹੜੀਆਂ ਨੇ ਰਾਜਨੀਤਿਕ ਲੋਕਾਂ ਨੇ ਤੁਹਾਡੇ ਲਈ ਜਦ ਕੰਮ ਕਰਨਾ, ਜੇ ਉਹਨਾਂ ਨੂੰ ਪਾਵਰ ਦੇਣੀ ਆ ਉਹ ਪਾਵਰ ਇੰਨੀ ਦੇ ਕੇ ਘੱਲੋ ਕਿ ਉਹਨਾਂ ਨੂੰ ਸੁਨੇਹਾ ਵੀ ਕਲੀਅਰ ਹੋਵੇ ਤੁਸੀਂ ਕੀ ਗੱਲ ਤੇ ਗੱਲ ਕਰਨੀ। ਵੋਟਾਂ ਦੇ ਵਿੱਚ ਸ਼ਮੂਲੀਅਤ ਬਹੁਤ ਜ਼ਰੂਰੀ ਆ, ਤੇ ਪੋਲਿਸੀ ਬੇਸਡ ਗੱਲ ਕਰਨ ਲਈ ਜਾਂ ਨਹੀਂ ਪਤਾ ਲੱਗਦਾ ਪੰਜਾਬੀ ਦੇ ਵਿੱਚ ਸੁਣ ਕੇ ਕਰ ਲਓ, ਪੁੱਛ ਲਓ ਵੀ ਦੱਸੋ ਜੀ ਕਿਹੜੀ ਪਾਰਟੀ ਕੀ ਕਰ ਰਹੀ ਹੈ, ਕਿਹੜੇ ਕੰਮ ਤੇ ਕੀ ਕੀਤਾ, ਹਸਪਤਾਲ ਕੀ ਕੌਣ ਬਣਾ ਰਹੀ ਹੈ, ਬ੍ਰਿਜ ਕੌਣ ਬਣਾ ਰਹੀ ਹੈ, ਜੇ ਜਾਂ ਟਨਲ ਦੀ ਜਗ੍ਹਾ ਬ੍ਰਿਜ ਕਿਉਂ ਨਹੀਂ ਬਣਾਇਆ, ਪੁੱਛੋ ਹੋ ਕੇ ਪੁੱਛੋ। ਸਰ ਜਸਵੰਤ ਸਿੰਘ ਬਾੜ ਜੀ ਲਾਈਨ ਨੰਬਰ 4। ਸਾਹਿਬ ਸਤਿ ਸ੍ਰੀ ਅਕਾਲ, ਮੈਂ ਸਵੇਰੇ ਵੀ ਫੋਨ ਲਾ ਰਹੀ ਸੀ ਪਰ ਸਵੇਰੇ ਤੁਹਾਨੂੰ ਬਹੁਤ ਵਧਾਈਆਂ ਦੇ ਰਹੇ ਸੀ ਲੋਕ, ਮੈਂ ਕਿਹਾ ਚਲੋ ਬਾਅਦ ਚ ਦੇ ਦਾਂਗੇ। ਮੈਂ ਹੈਰਾਨ ਹੋ ਗਿਆ, ਮੈਂ ਜਦੋਂ ਹੁਣ ਦੇਖਿਆ ਤੁਸੀਂ ਡਬਲ ਡਿਊਟੀ ਕਰ ਰਹੇ ਹੋ ਇੱਧਰ ਵੀ, ਕਮਾਲ ਦੀ ਗੱਲ ਹੈ। ਖੈਰ ਨਹੀਂ ਹੋ, ਮੇਰੇ ਵੱਲੋਂ ਵਟਸਐਪ ਪਰਿਵਾਰ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ, ਜਿਹਨਾਂ ਨੇ ਪਿਛਲੇ ਕਾਫੀ ਸਾਲਾਂ ਤੋਂ ਜਿਹੜਾ ਹੈਗਾ ਬੜੀ ਸਖ਼ਤ ਮਿਹਨਤ ਕੀਤੀ ਹੈ, ਭਾਵਾਂ ਕਿ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਈਆਂ, ਉਹਨਾਂ ਮੁਸ਼ਕਲਾਂ ਦੇ ਵਿੱਚ ਦੀ ਲੰਘਦੇ ਹੋਏ ਤੁਸੀਂ ਫੇਰ ਇੱਕ ਬੜੇ ਵੱਡੇ ਮੁਕਾਮ ਤੇ ਪਹੁੰਚ ਚੁੱਕੇ ਹੋ, ਤੇ ਜਿੱਥੇ ਤੁਹਾਡੀ ਟੀਮ ਵਿੱਚ ਬੜੀ ਸਪਿਰਿਟ ਹੈ, ਮੈਂ ਸਵੇਰੇ ਸੁਣਿਆ ਸੀਗਾ ਤੁਹਾਡੀ ਸਪਿਰਿਟ ਜਿਹੜੀ ਹੈਗੀ ਬਾਰੇ। ਸੋ ਮੈਨੂੰ ਇਹ ਪੂਰਾ ਯਕੀਨ ਹੈ ਤੁਹਾਡੇ ਤੇ ਕਿ ਤੁਸੀਂ ਬੜੀ ਫੇਅਰ ਜਰਨਲਿਜ਼ਮ ਕਰੋਗੇ ਤੇ ਤੁਸੀਂ ਲੋਕਾਂ ਨੂੰ ਬੜਾ ਵਧੀਆ ਤਰੀਕੇ ਨਾਲ ਐਜੂਕੇਟ ਕਰੋਗੇ, ਇਹ ਬਹੁਤ ਜ਼ਰੂਰੀ ਹੈ।
ਤੇ ਮੈਂ ਤੁਹਾਡੇ ਨਾਂ ਦਾ ਤੁਹਾਡੇ ਰੇਡੀਓ ਦਾ ਨਾਂ ਆਲਰੇਡੀ ਧਰਿਆ ਹੋਇਆ ਉਹ ਹੈਗਾ ਬੀਬੀਸੀ ਪੰਜਾਬੀ ਉਹਦਾ ਕਾਰਨ ਹੈ ਵੀ ਬੀਬੀਸੀ ਇੱਕ ਫੇਅਰ ਰੇਡੀਓ ਜਾਣਾ ਜਾਂਦਾ ਸਾਰੀ ਦੁਨੀਆ ਚ ਤੇ ਉਸ ਤੋਂ ਬਾਅਦ ਇੱਕ ਉਹ ਹੈਗਾ ਇਨਫੋਰਮੇਸ਼ਨ ਰੇਡੀਓ ਵੀ ਸਾਰਾ ਦਿਨ ਇਨਫੋਰਮੇਸ਼ਨ ਦਾ ਉਸੇ ਤਰ੍ਹਾਂ ਤੁਹਾਡਾ ਸਟਾਈਲ ਹੈ ਬਿਲਕੁਲ ਸੋ ਤੁਸੀਂ ਉਸ ਬੀਬੀਸੀ ਦਾ ਰੋਲ ਜਿਹੜਾ ਹੈਗਾ ਕੰਟੀਨਿਊ ਕਰੋਗੇ ਹਾਂ ਇੱਕ ਛੋਟੀ ਜਿਹੀ ਗੱਲ ਮੈਂ ਇਹਦੇ ਬਾਰੇ ਵੀ ਕਰਨਾ ਚਾਹੁੰਦੀ ਹਾਂ ਸੁਸਾਈਡ ਬਾਰੇ ਉਹ ਗਿੱਲ ਸਾਹਿਬ ਨਾ ਤਾਂ ਕਿਸੇ ਬੰਦੇ ਦਾ ਕਿਸੇ ਵੀ ਬੰਦੇ ਦਾ ਮਰਨ ਨੂੰ ਜੀ ਨਹੀਂ ਕਰਦਾ ਸੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਬੰਦਾ ਮਰਨ ਵਾਸਤੇ ਸੁਸਾਈਡ ਕਰਦਾ ਪਤਾ ਨੀ ਉਹ ਕਿਵੇਂ ਕਰਦਾ ਉਹਦਾ ਕਾਰਨ ਜਿਹੜਾ ਹੈਗਾ ਮੈਂ ਜਿਹੜਾ ਲੱਭਿਆ ਬੀਂਗ ਏ ਕਾਉਂਸਲਰ ਉਹ ਹੈਗਾ ਜਦੋਂ ਬੰਦਾ ਜਿਹੜਾ ਹੈਗਾ ਵਰਥਲੈਸਨੈਸ ਮਹਿਸੂਸ ਕਰੇ ਜ਼ਿੰਦਗੀ ਮੇਰਾ ਹੁਣ ਜ਼ਿੰਦਗੀ ਚ ਕੋਈ ਰੋਲ ਨੀ ਰਹੇਗਾ ਜਾਂ ਮੇਰੀ ਕੋਈ ਕਾਬਲੀਅਤ ਨੀ ਰਹੇਗੀ ਜਾਂ ਮੇਰੀ ਜਿਹੜੀ ਹੈਗੀ ਪਹੁੰਚ ਨੀ ਰਹੇਗੀ ਜਾਂ ਮੇਰਾ ਮਤਲਬ ਵਿਅਕਤਿਤਵ ਖਤਰੇ ਵਿੱਚ ਹੈ ਉਸ ਤੋਂ ਬਾਅਦ ਇਹ ਸਟੈਪ ਬਦਲ ਜਾਂਦਾ ਉਦੋਂ ਬਾਅਦ ਆਉਂਦੀ ਹੈ ਹੈਲਪਲੈਸਨੈਸ ਵੀ ਮੈਨੂੰ ਕੋਈ ਜਿਹੜਾ ਹੈਗਾ ਹੈਲਪ ਨੀ ਕਰ ਰਿਹਾ ਇਸ ਵੇਲੇ ਸੋ ਇਹਨਾਂ ਸਿਚੁਏਸ਼ਨ ਦੇ ਵਿੱਚ ਦੀ ਹਾਂ ਡਿਪਰੈਸ਼ਨ ਹੈਗਾ ਇੱਕ ਬਹੁਤ ਵੱਡੀ ਕੈਮੀਕਲ ਕੈਮਿਸਟਰੀ ਹੈ ਜਿਹੜੀ ਮਜਬੂਰ ਕਰਦੀ ਉਹਦੇ ਵਿੱਚ ਵੀ ਜਿਹੜੀ ਹੈਗੀ ਇਹ ਮਹਿਸੂਸ ਕਰਦਾ ਵੀ ਉਹ ਬੰਦਾ ਸੋਚਦਾ ਵੀ ਆਲਾ ਦੁਆਲਾ ਮੇਰੇ ਕੰਮ ਦਾ ਨਹੀਂ ਹੈਗਾ ਕਿਉਂਕਿ ਉਹ ਡਿਪਰੈਸ਼ਨ ਵਿੱਚ ਹੈ ਸੋ ਮੈਂ ਇਹ ਜਿਹੜਾ ਹੈਗਾ ਮੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਜਿਹੜਾ ਹੈਗਾ ਵੀ ਡਿਪਰੈਸ਼ਨ ਇੱਕ ਕਾਰਨ ਹੈ ਉਸ ਤੋਂ ਬਾਅਦ ਸੋਸ਼ਲ ਕਾਰਨ ਵੀ ਹੈਗੇ ਤੇ ਉਸ ਤੋਂ ਬਾਅਦ ਹੈਰੀਡਿਟੀ ਕਾਰਨ ਵੀ ਹੈਗੇ ਸੋ ਸੋਸ਼ਲ ਇਸ਼ੂ ਕੋਈ ਵੀ ਮਸਲਾ ਹੋਏ ਕਿਉਂਕਿ ਮੇਰਾ ਬੜਾ ਵੱਡਾ ਲੰਬਾ ਤਜਰਬਾ 30 ਸਾਲ ਦਾ ਮੈਂ ਲੋਕਾਂ ਦੀ ਹੈਲਪ ਕਰਦਾ ਹਾਂ ਬੀਇੰਗ ਅ ਕਾਉਂਸਲਰ ਸੋ ਆਈ ਹੈਵ ਅ ਲੋਟ ਆਫ ਇਨਪੁਟ ਟੂ ਡੂ ਸੋ ਦੈਟ ਵੁੱਡ ਬੀ ਗ੍ਰੇਟ ਜਿਹੜਾ ਹੈਗਾ ਜੇ ਤੁਸੀਂ ਮੈਨੂੰ ਮੌਕਾ ਦਿਓਗੇ ਇਸ ਕਿਸਮ ਦਾ ਤੇ ਮੈਂ ਬੜਾ ਖੁਸ਼ ਹੋਊਂਗਾ ਤੁਹਾਡੇ ਰੇਡੀਓ ਤੇ ਆ ਕੇ ਵੀ ਧੰਨਵਾਦ ਜੀ ਓਕੇ ਥੈਂਕ ਯੂ ਧੰਨਵਾਦ ਤੁਹਾਡਾ ਧੰਨਵਾਦ ਜੀ ਡਾ ਕੁਲਵੀਰ ਸਿੰਘ ਲਾਈਨ ਨੰਬਰ 2 ਸੰਜਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋ ਨਾਲੋ ਧੰਨਵਾਦ ਵੀਰ ਜੀ ਧੰਨਵਾਦ ਧੰਨਵਾਦ ਤੁਹਾਡੇ ਵਰਗੇ ਸਿਹਰਦ ਕਾਲਰਾਂ ਕਰਕੇ ਹੀ ਹੈ ਥੈਂਕ ਯੂ ਤੁਸੀਂ ਜਿਹੜੀ ਗੱਲ ਇੱਕ ਵਾਰੀ ਮੇਰੇ ਨਾਲ ਵੀ ਗੱਲ ਹੋਈ ਤੁਹਾਡੀ ਤੇ ਆਪਾਂ ਉਹ ਗੱਲ ਤੋਂ ਡਰ ਗਏ ਲੋਕਾਂ ਦਾ ਕਹਿਣਾ ਨਾ ਵੀ ਗੱਲ ਡਟ ਕੇ ਕਰਨੀ ਚਾਹੀਦੀ ਜਿਹੜੀ ਕਰਨੀ ਤੁਸੀਂ ਉਸੇ ਤਰੀਕੇ ਨਾਲ ਕਰਦੇ ਆ ਨਾ ਗੱਲ ਨੂੰ ਜਿਹੜਾ ਗੋਲ ਮਰੋਲ ਜਿਹਾ ਕਰਨਾ ਉਹ ਇੱਕ ਆਮ ਪਬਲਿਕ ਲਈ ਉਹ ਘਾਤਕ ਸਿੱਧ ਹੁੰਦਾ ਨਾ ਜਿਹੜੀ ਸਿੱਧੀ ਸਰਵਰ ਗੱਲ ਆ ਉਹਦੇ ਵਿੱਚ ਕਲੀਅਰ ਗੱਲ ਹੋ ਜਾਂਦੀ ਹੈ ਨਾ ਕਲੀਅਰ ਉਹ ਜਿਹੜੀਆਂ ਗੱਲਾਂ ਬਿਲਕੁਲ ਆਮ ਸਿੱਧਾ ਗੱਲ ਜਾਂਦੀ ਵੀ ਸਿੱਧੀ ਆ ਉੱਥੇ ਬਾਜੀ ਆ ਕੇ ਤਾਰ ਆ ਨਾ ਜਿਹੜੀ ਗੋਲ ਮਰੋਲਿਆ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਕਿੱਥੇ ਖਾਣਾ ਤੇ ਕਿੱਥੇ ਨਹੀਂ ਖਾਣਾ ਹੋਣਾ ਕੁਆਲੀਫਿਕੇਸ਼ਨ ਹੈਗੀ ਕਿ ਨਹੀਂ ਹੈਗੀ ਉਹ ਕੰਮ ਕਰਨ ਯੋਗ ਹੈ ਕਿ ਨਹੀਂ ਹੈ ਉਹ ਸਾਡੇ ਲਈ ਕੋਈ ਅੱਗੇ ਖੜ ਕੇ ਅੱਗੇ ਮੂਹਰੇ ਹੋ ਕੇ ਕੋਈ ਵਧੀਆ ਕਦਮ ਚੁੱਕੂਗਾ ਕਿ ਨਹੀਂ ਚੁੱਕੂਗਾ ਉਹਦੇ ਵਿੱਚ ਅਸੀਂ ਮੇਰੀ ਮਾਸੀ ਦੇ ਮੁੰਡੇ ਨੇ ਮੈਨੂੰ ਕਹਿ ਤਾ ਮੇਰੇ ਤਾਏ ਦੇ ਮੁੰਡੇ ਨੇ ਮੈਨੂੰ ਕਹਿ ਤਾ ਜੀ ਆਪਾਂ ਇਹਨੂੰ ਵੋਟਾਂ ਪਾਉਣੀਆਂ ਪਾਤੀਆਂ ਮੈਂ ਨੀ ਸੋਚਣਾ ਵੀ ਮੈਂ ਉਹ ਬੰਦੇ ਨੂੰ ਵੋਟ ਕਾਹਦੇ ਪਾਵਾਂ ਉਹਦੇ ਵਿੱਚ ਕੀ ਆ ਮੈਂ ਪੁੱਛਣਾ ਨੀ ਉਹ ਬੰਦਾ ਕਿੱਦਾਂ ਦਾ ਕੀ ਆ ਨਾ ਅਸੀਂ ਥੋੜੇ ਗਰੁੱਪ ਬਣਾ ਕੇ ਉਹਨਾਂ ਨੂੰ ਏਦਾਂ ਕਿਡਨੈਪ ਕੀਤਾ ਵੀ ਅਸੀਂ ਥੋੜੇ ਬੰਦਿਆਂ ਨੇ ਵੀ ਅਸੀਂ ਵੋਟਾਂ ਉਹਨਾਂ ਨੂੰ ਪਾਉਣੀਆਂ ਜੀ ਉਸ ਬੰਦੇ ਦੀ ਅਸੀਂ ਛਾਣਬੀਨ ਨੀ ਕਰਨੀ ਬੰਦੇ ਦੀ ਆਪ ਖੁਦ ਤੌਰ ਤੇ ਅਸੀਂ ਆਪਣੇ ਆਪਣਾ ਦਿਮਾਗ ਨੀ ਯੂਜ਼ ਕਰਨਾ ਆਪਣੀ ਦਿਮਾਗ ਦੀ ਗਲਤੀ ਨੀ ਫੇਸ ਕਰਨੀ ਚਾਹੁੰਦੇ ਵੀ ਅਸੀਂ ਕੋਈ ਘੋਕ ਲਈਏ ਵੀ ਸਾਨੂੰ ਜਿੱਦਾਂ ਕਹਿੰਦੇ ਪ੍ਰਸ਼ਾਦਾ ਭਰੋਸਾ ਭਰਾ ਮਿਲ ਜਾਵੇ ਅਸੀਂ ਉਸ ਤਰੀਕੇ ਨਾਲ ਉਸ ਲੈਣ ਤੇ ਪੁੱਜੇ ਹਾਂ ਜੇ ਜੇ ਸਾਡੀਆਂ ਜਿਹੜੀਆਂ ਹੁਣ ਪਾਈਆਂ ਅੱਜ ਤੱਕ ਇਹ ਨਾ ਹੁੰਦੀਆਂ ਤਾਂ ਅਸੀਂ ਕਿਸੇ ਮੁਕਾਮ ਤੱਕ ਪਹੁੰਚ ਵੀ ਜਾਂਦੇ ਹਾਂ ਨਾ ਤੇ ਦੇਖੋ ਜਿਹੜਾ ਪੰਜਾਬ ਦੇ ਵਿੱਚ ਆਪਣਾ ਕੀ ਹਾਲਾਤ ਬਣੇ ਅੱਜ ਨਾ ਜੇ ਅਸੀਂ ਇਹਨਾਂ ਦੇ ਵਿੱਚ ਨਾ ਬਹੁਤ ਵਧੀਆ ਰੋਲ ਨਿਭਾਉਂਦੇ ਹੁੰਦੇ ਤਾਂ ਅਸੀਂ ਅੱਜ ਧੱਕੇ ਨਹੀਂ ਖਾਣੇ ਪੈਣੇ ਸੀ ਉਸੇ ਤਰੀਕੇ ਨਾਲ ਅਸੀਂ ਅੱਜ ਇਸ ਕੰਟਰੀ ਦੇ ਵਿੱਚ ਉਸੇ ਤਰੀਕੇ ਨਾਲ ਚੱਲਦੇ ਹਾਂ ਅਸੀਂ ਹੁਣ ਉਹੀ ਤਰੀਕਾ ਚ ਲੈ ਗਏ ਹਾਂ ਅਸੀਂ ਇਹਨਾਂ ਦਾ ਤਰੀਕਾ ਨਹੀਂ ਅਪਣਾਇਆ ਨਾ ਜਿੱਦਾਂ ਜਿਸ ਤਰੀਕੇ ਨਾਲ ਇਹ ਚੱਲਦੇ ਆ ਨਾ ਸਿੱਧੀ ਸਿਰ ਫੜ ਗੱਲ ਕਰੋ ਅਗਲੇ ਨਾਲ ਟੋਲ ਮੋਲ ਨਾ ਗੱਲ ਕਰੋ ਵੀ ਮੈਂ ਵੋਟ ਇਹਨੂੰ ਪਾਉਣੀ ਆ ਤੇਰੇ ਵਿੱਚ ਕੀ ਹੈਗਾ ਤੂੰ ਕੀ ਕਰ ਸਕਦਾ ਸਾਡੇ ਕਿੰਨੀ ਹੈਲਪ ਨੀ ਹੈਗੀ ਅਸੀਂ ਬਸ ਘਰ ਗਏ ਇਹਨੂੰ ਤੈਨੂੰ ਫੜਾਂਗੇ ਤੁਸੀਂ ਆ ਗਿਆ ਤੈਨੂੰ ਫੜਾਂਗੇ ਤੁਸੀਂ ਆ ਗਿਆ ਤੈਨੂੰ ਇਹ ਨੀ ਕਹਿਣਾ ਵੀ ਭਾਈ ਤੂੰ ਦੱਸ ਆਪਣਾ ਕੀ ਵਿਚਾਰ ਆ ਤੇਰੇ ਚ ਕੀ ਤੂੰ ਸਾਡੇ ਲਈ ਕੀ ਕਰੂੰਗਾ ਨਾ ਸਾਡੇ ਕੋਲ ਇੰਨਾ ਇੰਨਾ ਮਾਦਾ ਹੈ ਨੀਗਾ ਸਾਡੇ ਕੋਲ ਪੁੱਛਣ ਦਾ ਸੁਣਦਾ ਪਤਾ ਕਾਹਦੇ ਇਹ ਮੇਰੇ ਨਾਲ ਗੁੱਸੇ ਹੋ ਜਾਊਗਾ
ਮੈਨੂੰ ਉਹ ਤੋਂ ਕੰਮ ਲੈਣਾ ਪੈ ਗਿਆ ਪਤਾ ਨੀ ਕਿਹੜਾ ਕੰਮ ਲੈਣਾ ਸੀ ਪਤਾ ਨੀ ਕਿਹੜੀ ਜ਼ਮੀਨ ਦਾ ਪੰਨਾ ਵੰਡਣਾ ਨਾ ਸੀ ਪਤਾ ਨੀ ਕਿੱਥੇ ਕਚਹਿਰੀ ਚ ਜਾਣਾ ਪਤਾ ਨੀ ਕਿਹੜੀ ਕਚਹਿਰੀ ਚ ਲਿਆ ਕੇ ਇਹਨੂੰ ਢੋਣਾ ਆ ਇਹ ਸਾਡੇ ਤੇ ਨਿੱਜੀ ਸਾਡੇ ਤੇ ਹੋਇਆ ਸੈੱਟ ਵੀ ਅਸੀਂ ਆਪਣੀ ਮਾਸਕਾਂ ਨੂੰ ਇੰਨਾ ਨੀਵਾ ਲੈ ਗਏ ਹਾਂ ਇੰਨਾ ਨੀਵਾ ਲੈ ਗਏ ਹਾਂ ਕਿ ਸਾਡਾ ਜਿਹੜਾ ਇਹ ਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਅਸੀਂ ਇੱਥੇ ਆ ਕੇ ਵੀ ਜਿਹੜਾ ਇੱਥੇ ਦੇ ਬੱਚੇ ਆ ਨਾ ਅਸੀਂ ਉਹਨਾਂ ਨੂੰ ਵੀ ਇਸ ਲਾਈਨ ਤੇ ਲਾਈ ਜਾਂਦੇ ਹਾਂ ਤੁਸੀਂ ਬਹੁਤ ਵਾਰੀ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਫਿਰੇ ਤੁਰੇ ਹੋਣੇ ਆ ਜ਼ਿਆਦਾ ਗਏ ਆ ਲੋਕਾਂ ਦੇ ਵਿੱਚ ਵਿਚਰੇ ਆ ਦੇਖੋ ਕੀ ਹਾਲਾਤ ਬਣੇ ਆ ਨਾ ਇਸ ਟਾਈਮ ਮੈਂ ਤਾਂ ਕੰਮ ਸਧਾਰਨ ਬੰਦਾ ਕੰਮ ਵਾਲਾ ਬੰਦਾ ਕੰਮ ਤੇ ਰਹਿੰਦਾ ਹਰ ਵੇਲੇ ਮੈਂ ਗੱਲਾਂ ਨੂੰ ਛੋੜ ਕੱਢਿਆ ਇਕੱਲੀ ਇਕੱਲੀ ਗੱਲ ਦਾ ਪੁਆਇੰਟ ਫੜਦਾ ਹੁੰਦਾ ਵੀ ਕਿੱਥੋਂ ਕੀ ਹੋ ਰਿਹਾ ਸਾਡੇ ਨਾਲ ਕੀ ਹੋ ਰਿਹਾ ਅਸੀਂ ਇੱਕ ਦਾੜੀਆਂ ਚਮਕਾ ਕੇ ਮਾੜੀਆਂ ਕਰਟੋ ਲਾ ਕੇ ਮੂਹਰੇ ਆ ਜਾਂਦੇ ਆ ਆ ਜੀ ਇਹਨੂੰ ਵੋਟ ਪਾਉਣੀ ਆ ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ ਥੋੜੀਆਂ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਆ ਆਪਣੇ ਆਪ ਲਈ ਆਪਣੇ ਦਿਮਾਗ ਲਈ ਆਪਣੇ ਬੱਚਿਆਂ ਲਈ ਆਪਣੇ ਭਵਿੱਖ ਲਈ ਇਸ ਕੰਟਰੀ ਲਈ ਵੀ ਜਿੱਥੇ ਆਪਾਂ ਰੋਟੀ ਖਾਂਦੇ ਹਾਂ ਜਿੱਥੇ ਬਹਿ ਕੇ ਕਮਾਉਂਦੇ ਆ ਜਿੱਥੇ ਏਡੇ ਵੱਡੇ ਮਹਿਲ ਬਣਾਏ ਆ ਹੈ ਕਿ ਨਹੀਂ ਸੋਚਣਾ ਚਾਹੀਦਾ ਸਾਨੂੰ ਵੋਟਾਂ ਤੋਂ ਪਹਿਲਾਂ ਵੋਟਾਂ ਜੇ ਕੋਈ ਚੰਗਾ ਭਵਿੱਖ ਸਾਡੇ ਲਈ ਆਉਣਾ ਆ ਕੋਈ ਬੰਦਾ ਭਾਵੇਂ ਬੰਦਾ ਇੱਕ ਵਾਰੀ ਮਾੜਾ ਹੋ ਸਕਦਾ ਉਹਨੂੰ ਇੱਕ ਵਾਰੀ ਕਚਹਿਰੇ ਚ ਖੜਾ ਕਰਕੇ ਪਰਖ ਲਓ ਨਾ ਪਰਖਿਆ ਜਾਵੇ ਤਾਂ ਸੂਈ ਨਿੱਕੇ ਵਜੇ ਕੱਢੇਗਾ ਤੁਹਾਡੇ ਲਈ ਐਨ ਵਧੀਆ ਨਿਕਲੂਗਾ ਨਾ ਅਸੀਂ ਬਸ ਆਹ ਫੇਰਾ ਫੇਰੀ ਵਾਲੇ ਬੰਦਾ ਜੁੜਨਾ ਨਾ ਥੈਂਕ ਯੂ ਵੀਰ ਥੈਂਕ ਯੂ ਕੱਲ ਨੂੰ 11 ਵਜੇ ਤੁਹਾਡੀ ਸੇਵਾ ਚ ਹਾਜ਼ਰ ਆਉਣਾ ਜੀ ਫੇਰ ਅਰੇ ਹੌਲੀ ਹੌਲੀ ਰਾਮਾ ਹੋ ਜਾਣਾ ਦੂਜੇ ਬੰਦੇ ਵੀ ਕੰਮ ਤੇ ਸ਼ੇਰ ਪੰਜਾਬ ਰੇਡੀਓ .ca ਤੇ ਉਹਨੂੰ ਦੂਜੇ ਪਾਸੇ ਜਿਹੜਾ 9 ਵਜੇ ਤੋਂ 11 ਵਜੇ ਤੱਕ ਸ਼ੋਅ ਹੋਇਆ ਕਰੂਗਾ ਤੁਸੀਂ ਸੁਣ ਸਕਦੇ ਹੋ ਐਪ ਉਹਦਾ ਡਾਊਨਲੋਡ ਹੋ ਜਾਣਾ ਛੇਤੀ ਤੇ ਇੱਧਰ ਤਾਂ ਆਪਣਾ ਚੱਲ ਏ ਰਿਹਾ ਕੰਮ ਤੇ ਥੋੜਾ ਜਿਹਾ ਸਾਜਰੇ ਉੱਠਣਾ ਪਿਆ ਬਹੁਤ ਚਿਰਾਂ ਬਾਅਦ 6 ਵਰਿਆਂ ਬਾਅਦ ਤਿਆਰ ਹੋ ਕੇ ਸਟੂਡੀਓ ਜਾਣਾ ਪਿਆ ਕਮਾਲ ਹੋ ਗਈ ਰੱਬ ਰਾਖਾ ਤੇ ਅਖੀਰ ਚ ਮਾਨਕ ਤੁਹਾਡੇ ਲਈ ਚੜ੍ਹਦੀ ਕਲਾ